ਅਇਦਾ ਮੁੱਦਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਸ਼ਕਾ ਦਾ ਮੈਂ ਕੇਪੀ ਸਿੰਘ ਸਵਾਗਤ ਕਰਦਾ ਹਾਂ ਜਸਟੀਵੀ ਤੇ ਤੇ ਲਗਾਤਾਰ ਇੱਕ ਮੁੱਦਾ ਤੁਹਾਡੇ ਸਾਡੇ ਸਭ ਦੇ ਸਾਹਮਣੇ ਖੜਾ ਹੈ ਕਰੋਨਾ ਕਰੋਨਾ ਸਾਡੇ ਖਾਣ ਵਿੱਚ ਵੀ ਸ਼ਾਮਲ ਹੈ ਸਾਡੇ ਪੀਣ ਵਿੱਚ ਵੀ ਸ਼ਾਮਲ ਹੋ ਚੁੱਕਿਆ ਹੈ ਸਾਡੇ ਦੇਖਣ ਵਿੱਚ ਵੀ ਸਾਡੇ ਬੋਲਣ ਵਿੱਚ ਵੀ ਸਾਡੇ ਸੁਣਨ ਵਿੱਚ ਵੀ ਹਰ ਸ਼ੈਲੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਤੁਸੀਂ ਸ਼ਾਇਦ ਅੱਕ ਵੀ ਚੁੱਕੇ ਹੋਵੋਗੇ ਕਿ ਲਗਾਤਾਰ ਕਰੋਨਾ ਤੇ ਚਰਚਾ ਹੋ ਰਹੀ ਹੈ ਪਰ ਜੇ ਅਸੀਂ ਤੁਹਾਨੂੰ ਜਾਗਰੂਕ ਨਾ ਕੀਤਾ ਤਾਂ ਸ਼ਾਇਦ ਅਸੀਂ ਉਹ ਚੀਜ਼ਾਂ ਪਿੱਛੇ ਛੱਡ ਜਾਵਾਂਗੇ ਜਿਹੜੀਆਂ ਸਾਨੂੰ ਪਤਾ ਹੋਣੀ ਚਾਹੀਦੀਆਂ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਜਾਗਰੂਕ ਕਰੀਏ ਤੁਹਾਨੂੰ ਸਾਵਧਨ ਕਰੀਏ ਤੁਹਾਨੂੰ ਤਾਜ਼ਾ ਸਥਿਤੀ ਦੱਸਦੇ ਰਹੀਏ ਕਿ ਹੋ ਕੀ ਰਿਹਾ ਹੈ ਕਾ ਵਾਰ-ਵਾਰ ਇਸ ਮંચ ਤੇ ਕੋ ਗੱਲ ਦਰਾਈ ਜਾਂਦੀ ਹੈ ਕਿ ਲੜਨਾ ਹੈਗਾ ਡਰਨਾ ਨਹੀਂ ਹੈਗਾ ਪਰ ਇਹ ਸਭ ਸਵਾਲਾਂ ਦੇ ਵਿਚਾਲੇ ਅਮਰੀਕਾ ਤੋਂ ਲੈ ਕੇ ਚਾਈਨਾ ਤੱਕ ਭਾਰਤ ਤੋਂ ਲੈ ਕੇ ਪਾਕਿਸਤਾਨ ਤੱਕ ਸ਼੍ਰੀਲੰਕਾ ਤੋਂ ਲੈ ਕੇ ਨੇਪਾਲ ਤੱਕ ਹਰ ਥਾਂ ਤੇ ਕੋ ਚਰਚਾ ਹੋ ਰਹੀ ਹੈ तकरीबन 200 ਮੁਲਕ ਇਸ कोरोना वायरस ਦੇ ਨਾਲ ਪੀੜਤ ਹੈ ਤੇ ਸਾਰੀਆਂ ਥਾਵਾਂ ਤੇ ਅਲੱਗ-ਅਲੱਗ ਸਥਿਤੀ ਹੈ ਤੇ ਇਹਨਾਂ ਵਿਚਾਲੇ ਚਰਚਾ ਨਿਊਜ਼ੀਲੈਂਡ ਦੀ ਵੀ ਹੋ ਰਹੀ ਹੈ ਜਿੱਥੇ করোনা ਫ੍ਰੀ ਹੋ ਚੁੱਕਿਆ ਹੈ ਉਹ ਨਿਊਜ਼ੀਲੈਂਡ ਕੋਵਿਡ 19 ਵੀ ਇਸ ਨੂੰ ਕਿਹਾ ਜਾਂਦਾ ਇਸ ਤੋਂ ਇਲਾਵਾ ਕੁਝ ਲੋਕਡਾਊਨ ਦੀ ਸਥਿਤੀ ਆਈ ਅਨਲੋਕ ਕਰਨ ਦੀ ਸਥਿਤੀ ਆ ਗਈ ਉਹ ਸਭ ਦੇ ਵਿਚਾਲੇ ਸੁਪਰੀਮ ਕੋਰਟ ਤੱਕ ਨੇ ਸਵਾਲ ਪੁੱਛ ਲਏ ਅਸੀਂ ਕਿਹ ਕੁਸਰ ਪੁੱਛਾਂਗੇ করোনা ਵਿਰੁੱਧ ਕਿਹੜੀ ਲੜਾਈ ਬਾਕੀ ਅੱਜ ਦਾ ਮੁੱਦਾ ਕਿਉਂ ਕਰ ਰਹੇ ਆ ਥੋੜੇ ਪੁਆਇੰਟਰ ਤੁਹਾਡਾ ਸਾਂਝਾ ਕਰ ਲਈਏ ਅੱਜ ਦਾ ਮੁੱਦਾ ਕੋਰੋਨਾ ਮਹਾਮਾਰੀ ਕਰਕੇ ਕਰ ਰਹੇ ਆ ਤੇ ਕੋਰੋਨਾ ਮਹਾਮਾਰੀ ਨੇ ਦੁਨੀਆ ਪਰ ਦੀ ਰਫ਼ਤਾਰ ਰੋਕ ਦਿੱਤੀ ਤੇ ਰਫ਼ਤਾਰ ਮੱਠੀ ਕਰ ਦਿੰਦੀ ਹੈ ਤੁਹਾਡੀਆਂ ਸਾਡੀਆਂ ਗੱਡੀਆਂ ਕਈਆਂ ਘਰੇ ਬੰਦਾ ਜਿੰਨੇ ਚੱਲਦੀਆਂ ਉਹਨਾਂ ਦੀ ਰਫ਼ਤਾਰ ਹੁਣੀ ਤੇਜ਼ ਨਹੀਂ ਹੈ ਕਿ ਦੁਨੀਆ ਪਰ ਚ ਸਭ ਤੋਂ ਵਧੇਰੇ ਕਰੋਨਾ ਮਾਮਲੇ ਅਮਰੀਕਾ ਚਾ ਚੌਥੇ ਨੰਬਰ ਤੇ ਪਹੁੰਚ ਗਿਆ ਸਪੇਨ ਤੇ ਯੂਕੇ ਨੂੰ ਪਛਾੜਿਆ ਤੇ ਦੂਜਾ ਨੰਬਰ ਵੀ ਦੂਰ ਨਹੀਂ ਹੈਗਾ ਯਾਦ ਰੱਖਿਓ ਜੇ ਤੁਸੀਂ ਇਦਾਂ ਹੀ ਚੱਲਦੇ ਰਹੇ ਦੇਸ਼ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਵਾਈਸੀ ਆਮਰ ਨੇ ਨਕਾਰ ਦਿੱਤਾ ਪਰ ਸਵਾਲ ਉਹ ਡਾਕਟਰ ਪੁੱਛ ਰਿਹਾ ਕਮਿਊਨਿਟੀ ਟ੍ਰਾਂਸਮਿਸ਼ਨ ਤਾਂ ਹੋ ਚੁੱਕਿਆ ਪਰ ਸਵਾਲ ਇਹ ਹੈਗਾ ਆਈਸੀ ਆਮਰ ਜੇ ਨਕਾਰ ਰਿਹਾ ਹੈਗਾ ਤਾਂ ਸਵਾਲ ਕਿੰਨ ਤੋਂ ਪੁੱਛਗੇ ਬਦਹਾਲ ਹਸਪਤਾਲਾਂ ਤੇ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਸਵਾਲ ਕਰ ਲਿਆ ਸੁਪਰੀਮ ਕੋਰਟ ਨੇ ਜੋ ਸਵਾਲ ਕੀਤੇ ਆ ਦਿੱਲੀ ਪੱਛਮੀ ਬਗਾਲਮਾਰ ਸੇ ਤਾਮਲਡੂ ਨੂੰ ਨੋਟਿਸ ਤੱਕ ਜਾਰੀ ਕਰ ਦਿੱਤਾ ਕਿ ਆ ਕਿ ਤੁਹਾਡੇ ਸਰਕਾਰੀ ਹਸਪਤਾਲਾਂ ਦਾ ਹਾਲ ਕੀ ਹੈਗਾ ਤੇ ਜਦੋਂ ਇਹ ਜਵਾਬ ਦੇਣਾ ਪਊਗਾ ਤੇ ਸਰਕਾਰਾਂ ਜਵਾਬ ਕੀ ਦਿੰਦੀਆਂ ਜਵਾਬ ਤੁਹਾਨੂੰ ਪਤਾ ਹੈ ਸਰਕਾਰਾਂ ਨੇ ਕੀ ਦੇਣਾ ਲਿਪਾਪਤੀ ਨਾ ਕਰਨੀ ਪੈ ਜਾਵੇ ਕਿਤੇ ਸਵਾਲ ਇਹ ਵੀ ਹੈ ਲਾਕਡਾਊਨ ਤੋਂਨ ਲੱਕ ਦਾ ਫੇਜ਼ ਸ਼ੁਰੂ ਹੋ ਚੁੱਕਿਆ ਹੁਣ ਮੋਡ ਲਾਕਡਾਊਨ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਇਸ ਸੂਬੇ ਆਪਦੇ ਪੱਧਰ ਤੇ ਲਾਕਡਾਊਨ ਕਰ ਸਕਤੇ ਹੈ ਮਾਧ ਪ੍ਰਦੇਸ਼ ਦੇ ਪਪਾਲ ਵਿੱਚ ਵੀਕਐਂਡ ਲਾਕਡਾਊਨ ਹੈ ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਹੈ ਭਾਰਤ ਵਿੱਚ ਕਰੋਨਾ ਦੇ 10 ਦਿਨ ਵਿੱਚ ਤਕਰੀਬਨ 1 ਲੱਖ ਮਾਮਲੇ ਸਾਹਮਣੇ ਆ ਚੁੱਕੇ ਹੈ ਤੇ ਸਥਿਤੀ ਸਮਝਣੀ ਮੁਸ਼ਕਲ ਨਹੀਂ ਹੈਗੀ ਕਿ ਅਸੀਂ ਕਿਹੜੇ ਹਾਲਾਤਾਂ ਵੱਲ ਵਧ ਰਹੇ ਹਾਂ ਪਰ ਕਰੋਨਾ ਦਾ ਕਿਤੇ ਬਾਲਾ ਡਰਤ ਨਹੀਂ ਬਣਾਇਆ ਜਾ ਰਿਹਾ ਇਹ ਵੀ ਸਵਾਲ ਆਪਣੇ ਵਿੱਚ ਵੱਡਾ ਹੈਗਾ ਤੇ ਤੁਸੀਂ ਕਾਲਸ ਕਰ ਸਕਦੇ ਹੋ ਕਾਲ ਕਰਨੀ ਹੈ ਪਾਸ਼ਾ ਦਾ ਖਿਆਲ ਰੱਖਣਾ ਹੈ ਮੇਰਾ ਦਾ ਖਿਆਲ ਰੱਖਣਾ ਤੇ ਤੁਸੀਂ ਸਵਾਲ ਜਿਹੜਾ ਮਰਜ਼ੀ ਪੁੱਛ ਸਕਦੇ ਹੋ ਤੁਹਾਡੀ ਇੱਕ ਫੋਨ ਕਾਲ ਵੀ ਲਵਾਗੇ ਪਰ ਫਿਲਹਾਲ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਹੈ ਕਿਹਾ ਡਾਕਟਰ ਸੰਤੋਖ ਸਿੰਘ ਜਿਨ੍ਹਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੇ ਇਹਨਾਂ ਦੇ ਟਿਪਸ ਆ ਤੁਸੀਂ ਉਹ ਸੁਣਦੇ ਹੋ ਕਿ ਕਿਸ ਤਰੀਕੇ ਨਾਲ ਕੋਰੋਨਾ ਵਾਇਰਸ ਨਾਲ ਲੜਨਾ ਡਾਕਟਰ ਸੰਤੋਖ ਸਿੰਘ ਸਰ ਤੁਹਾਡਾ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਸ ਜੀ ਗੱਲ ਜਨ ਅਫੀਸ਼ੀਅਨ ਨੇ ਡਾਕਟਰ ਸੰਤੋਖ ਸਿੰਘ ਤੁਹਾਡੀ ਫਤਿਹ ਕਬੂਲ ਹੈ ਸਰ ਤੇ ਡਾਈਟੀਸ਼ਨ ਵੀ ਨੇ ਤੇ ਹੋਰ ਸਹੀ ਮੈਨੇਚ ਇੱਕ ਡਾਕਟਰ ਜਿਹੜਾ ਮੋਟੀਵੇਸ਼ਨਲ ਹੋਣਾ ਚਾਹੀਦਾ ਉਹ ਹੈਗੇ ਡਾਕਟਰ ਸੰਤੋਖ ਸਿੰਘ ਡਾਕਟਰ ਸੰਤੋਖ ਸਿੰਘ ਤੁਹਾਡਾ ਨਾਮ ਸੰਤੋਖ ਹੈ ਤੇ ਇਸ ਕਰੋਨਾ ਦੇ ਦੌਰ ਵਿੱਚ ਸੰਤੋਖ ਕਿਵੇਂ ਰੱਖੀ ਬਹੁਤ ਔਖਾ ਹੈ ਹੋਈ ਗੱਲ ਹੈ ਡਰਨਾ ਵੀ ਹੈ ਲੜਨਾ ਵੀ ਹੈ ਤੇ ਮਤਲਬ ਗੱਲ ਇੱਥੇ ਇਹ ਹੈਗੀ ਹੈ ਕਿ ਆਪਾਂ ਮੇਨ ਹੈਂਡ ਹਾਈਜਨ ਸਭ ਤੋਂ ਪਹਿਲੇ ਦੇਣਾ ਬਾਰ ਨਹੀਂ ਨਿਕਲਣਾ ਹੁਣ ਮੈਂ ਇੰਡੀਆ ਦੇ ਵਿੱਚ ਤਾਂ ਖੈਰ ਇਹ ਕਮਿਊਨਿਟੀ ਸਪਰੈਡ ਪੂਰਾ ਹੋ ਚੁੱਕਿਆ ਹੈ ਤੇ ਕੋਈ ਟਰੈਕ ਨਹੀਂ ਮਿਲ ਰਿਹਾ ਕਿਸੇ ਦਾ ਪਰ ਆਈਸੀਐਮਆਰ ਤਮਾਮ ਆਈਸੀਐਮਆਰ ਆਈਸੀਐਮਆਰ ਖੜੀ ਪਤਲੀ ਕਹਿੰਦੀ ਡੈਫੀਨੇਸ਼ਨ ਨੂੰ ਮੰਨਦਾ ਇਹ ਡੈਫੀਨੇਸ਼ਨ ਅਸੀਂ ਪੜੀ ਕਿਤਾਬਾਂ ਦੇ ਵਿੱਚ ਉਹਦਾ ਇਹ ਮਤਲਬ ਹੁੰਦਾ ਹੈ ਕਿ ਇਹਦਾ ਕੋਈ ਟਰੈਕ ਨਾ ਮਿਲੇ ਰੋਜ਼ 10000 ਬੰਦੇ ਆ ਰਹੇ ਆਂ ਇੰਡੀਆ ਦੇ ਵਿੱਚ ਜਿਉਂ ਤੁਹਾਡਾ ਕੋਨਟੈਕਟ ਨਾ ਹੋਵੇ ਕੰਡਕਟਰਸੀ ਨਾ ਹੋਵੇ ਜਿਉਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੋਂ ਆ ਰਹੇ ਆ ਹੁਣ ਰੋਜ਼ 10000 ਬੰਦੇ ਆ ਰਹੇ ਆਂ ਕੀ ਗਵਰਨਮੈਂਟ ਦੇ ਕੋਲ ਇਹਦਾ ਟਰੈਕ ਹੈ ਤੇ ਹਾਉ ਦੇ ਆ ਮਤਲਬ ਕਿਸ ਤਰ੍ਹਾਂ ਉਹ ਮਨਾ ਕਰ ਰਹੇ ਹਨ ਮੈਨੂੰ ਪਤਾ ਨਹੀਂ ਉਹ ਕਿਸ ਡੈਫੀਨੇਸ਼ਨ ਨੂੰ ਫੋਲੋ ਕਰਦੇ ਹਨ ਬਟ ਜੋ ਰੈਫਰੈਂਸ ਅਸੀਂ ਕਿਤਾਬਾਂ ਵਿੱਚ ਪੜ੍ਹੀ ਸੀ ਸਕੂਲਾਂ ਕਾਲਜਾਂ ਦੇ ਵਿੱਚ ਉਹਦੇ ਵਿੱਚ ਤਾਂ ਇਹ ਬਿਲਕੁਲ ਸਹੀ ਮੰਨਦਾ ਕਿ ਹੋ ਚੁੱਕਿਆ ਹੈ ਇਸ ਟਾਈਮ ਤੇ ਅਦਰ ਇਸ ਆ ਬਾਹਰ ਜਾਣਾ ਹੈ ਬਹੁਤ ਧਿਆਨ ਰੱਖਣਾ ਹੈ ਸੋਸ਼ਲ ਡਿਸਟੈਂਸਿੰਗ ਦਾ ਮੇਨ ਮੁੱਦਾ ਹੈ ਅਸੀਂ ਸੋਸ਼ਲ ਡਿਸਟੈਂਸਿੰਗ ਤੱਕ ਪੂਰੀ ਰੱਖਣੀ ਹੈਗੀ ਹੈ ਆਪਣੀ ਬਾਡੀ ਚ ਇਮਿਊਨਿਟੀ ਵਧਾਣੀ ਹੈ ਹਾਈਡਰੇਟਡ ਰੱਖਣਾ ਹੈ ਬਾਡੀ ਨੂੰ ਹੱਥ ਨੂੰ ਮੂੰਹ ਤੇ ਨਹੀਂ ਲਾਣਾ ਛੋਟੇ ਛੋਟੇ ਚੀਜ਼ਾਂ ਨੇ ਇਹ ਖਿਆਦ ਖਾਂ ਕੇ ਤਾਂ ਆਪਾਂ ਕੁਛ ਐਡੇ ਕਰਪ ਨੂੰ ਫਲੈਟ ਕਰ ਸਕਦੇ ਹਾਂ ਡਾਕਟਰ ਸਾਹਿਬ ਇੱਕ ਤੁਲਨਾ ਹੋ ਰਹੀ ਹੈ ਇਹ ਤੁਲਨਾ ਤਰਸੰਗਤ ਹੈਗੀ ਕਿ ਨਹੀਂ ਕਿ ਸਾਡੀ ਤੁਲਨਾ ਅਸੀਂ ਅਮਰੀਕਨ ਨਾਲ ਵੀ ਕਰ ਦਿੰਨੇ ਆ ਅਸੀਂ ਨਿਊਜ਼ੀਲੈਂਡ ਨਾਲ ਵੀ ਕਰ ਦਿੰਨੇ ਆ ਅਸੀਂ ਸਪੇਨ ਨਾਲ ਵੀ ਕਰ ਦਿੰਨੇ ਆ ਇਟਲੀ ਨਾਲ ਵੀ ਕਰ ਰਹੇ ਆ ਅਸੀਂ ਬ੍ਰਿਟੇਨ ਨਾਲ ਵੀ ਕਰ ਰਹੇ ਆ ਬ੍ਰਾਜ਼ੀਲ ਨਾਲ ਵੀ ਕਰ ਰਹੇ ਆ ਅਸੀਂ ਚਾਈਨਾ ਨਾਲ ਵੀ ਕਰ ਰਹੇ ਆ ਤੁਲਨਾ ਕਰਨੀ ਬੰਦੀ ਕਿ ਸਾਡੀ ਪਾਪੂਲੇਸ਼ਨ ਇੰਨੀ ਆ ਫਿਰ ਅਸੀਂ ਦੇ ਆਪਦਾ ਏਰੀਆ ਦੇਖੀਏ ਸਾਡੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਉਸ ਤਰੀਕੇ ਨਾਲ ਨਹੀਂ ਕੀਤੀ ਜਾ ਸਕਦੀ ਇਹ ਪ੍ਰੈਕਟੀਕਲ ਤੌਰ ਤੇ ਮਸਲਾ ਬਿਲਕੁਲ ਸਾਡੇ ਚੁਗੀਆਂ ਚੌਂਪੜੀਆਂ ਗਰੀਬ ਮਜ਼ਦੂਰ ਪਰਿਵਾਰ ਇੱਥੇ ਬਹੁਤ ਹੈਗੇ ਆ ਜਿਹੜੇ 엘ਿਟ ਕਲਾਸ ਹੈਗੇ ਉਹਨਾਂ ਨੂੰ ਸ਼ਾਇਦ ਗਰਾਊਂਡ ਗਰਾਊਂਡ ਰਿਐਲਿਟੀ ਦਾ ਪਤਾ ਨਹੀਂ ਏਸੀ ਕਮਰੇ ਦੇ ਵਿੱਚ ਬਹਿ ਕੇ ਇਹ ਸਵਾਲ ਕਰਨੇ ਪੜੇ ਸੋਕੇ ਲੱਗਦੇ ਆ ਕਿ ਸੋਸ਼ਲ ਡਿਸਟੈਂਸਿੰਗ ਰੱਖੋ ਬਿਲਕੁਲ ਗੱਲ ਤਾਂ ਬਿਲਕੁਲ ਸਹੀ ਹੈ ਕਿ ਇਹ 130 ਕਰੋੜ ਦੀ ਆਬਾਦੀ ਹੈ ਤੇ 130 ਕਰੋੜ ਦੀ ਆਬਾਦੀ ਦੇ ਵਿੱਚ ਕਿੰਨੀ ਟੈਸਟਿੰਗ ਕਰ ਦੇਣਗੇ ਮੇਰੇ ਖਿਆਲ ਟੈਸਟਿੰਗ ਲੱਖਾਂ ਵਿੱਚ ਹੋਈ ਹੈ ਲੈ ਤੇ ਮਤਲਬ ਬਹੁਤ ਘੱਟ ਟੈਸਟਿੰਗ ਹੋ ਰਹੀ ਹੈ ਤਾਂ ਹੀ ਮੇਰੇ ਖਿਆਲ ਕੇਸ ਜਿਹੜੇ ਇੰਡੀਆ ਦੇ ਨੇ ਕੱਟ ਨਿਕਲਦੇ ਪਏ ਨੇ ਲੇਕਿਨ ਇਹ ਫੈਲ ਚੁੱਕਿਆ ਹੈ ਤੇ ਟੈਸਟਿੰਗ ਇਹਨਾਂ ਨੂੰ ਕਰਨੀ ਗਵਰਨਮੈਂਟ ਦਾ ਕੰਮ ਹੈਗਾ ਉਹਨਾਂ ਦੇ ਕਿਸ ਹਿਸਾਬ ਨਾਲ ਕਰਨੀ ਹੈ ਇਹ ਉਹਨਾਂ ਦਾ ਇਸ਼ੂ ਹੈਗਾ ਪਰ ਟੈਸਟਿੰਗ ਸ਼ੁੱਡ ਬੀ ਵੈਰੀ ਤੇਜ਼ ਹੋਣੀ ਚਾਹੀਦੀ ਹੈ ਤੇ ਜਲਦੀ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਟੈਸਟਿੰਗ ਤਾਂ ਹੋ ਗਈਆਂ ਸਰ ਜੇ ਅਸੀਂ ਟ੍ਰੇਸਿੰਗ ਕਰ ਪਾਵਾਂਗੇ ਅਸੀਂ ਟ੍ਰੇਸਿੰਗ ਟ੍ਰੇਸਿੰਗ ਵਿੱਚ ਮੈਨੂੰ ਲੱਗਦਾ ਸੀ ਪਛੜ ਗਏ ਨਹੀਂ ਉਹ ਵੀ ਕਾ ਤੁਹਾਡੀ ਗੱਲ ਸਹੀ ਹੈ ਟ੍ਰੇਸਿੰਗ ਦੇ ਵਿੱਚ ਅਸੀਂ ਪਛੜ ਗ ਕਮ ਖਰਾਬ ਉਥੇ ਜਿਹੜੀ ਫੈਸਿਲਿਟੀਆਂ ਫਪੜਦੇ ਖਵਾਰਾਂ ਵਿੱਚ ਉਥੇ ਕੁਝ ਇਲਾਜ ਨਹੀਂ ਚੱਲਦਾ ਸਮਥਿੰਗ ਚੀਜ਼ਾਂ ਹੈਗੀਆਂ ਜਿਹੜੀਆਂ ਤੇ ਮਤਲਬ ਲੋਕੀ ਡਰ ਕੇ ਵੀ ਸਾਹਮਣੇ ਨਹੀਂ ਆ ਰਹੇ ਨੇ ਤੇ ਕਰਾਂਚੀ ਬੈਠੇ ਨੇ ਤੇ ਉਹ ਚੀਜ਼ਾਂ ਹੈਗੀਆਂ ਬਾਕੀ ਇਹ ਬਹੁਤ ਮੁਸ਼ਕਲ ਵੀ ਹੈ ਸਰਕਾਰ ਵਾਸਤੇ ਕਿ ਇਨੀ ਵੱਡੀ ਪਾਪੂਲੇਸ਼ਨ ਦੇ ਉੱਤੇ ਕੰਟਰੋਲ ਕਰਨਾ ਇਸ ਤਰ੍ਹਾਂ ਮਤਲਬ ਪੂਰੀ ਕਲੋਨੀ ਦੀ ਕਲੋਨੀ ਅਫੈਕਟਡ ਹੋ ਜਾਂਦੀ ਹੈ ਤੇ ਉਥੇ ਸਰਕਾਰ ਲਈ ਤਾਂ ਇੱਕ ਬੜਾ ਬੜਾ ਚੈਲੰਜ ਹੈ ਮੇਹੋਂ ਤਾਂ ਫਿਰ ਇਹਨਾਂ ਸਰਕਾਰਾਂ ਨੇ ਤੁਹਾਨੂੰ ਤੁਹਾਡੇ ਹਾਲ ਤੇ ਛੱਡਤਾ ਵੀ ਜ਼ਾਰੀ ਆਪਦੇ ਆਪਦੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਬਿਲਕੁਲ ਸਹੀ ਬਿਲਕੁਲ ਸਹੀ ਹੈ ਸਰਕਾਰਾਂ ਨੇ ਛੱਡਤਾ ਕਿ ਜਿਹੜਾ ਬਿਮਾਰ ਮਾੜਾ ਮੋੜਾ ਜਿਹੜਾ ਇਹ ਸਿੰਪਟੋਮੈਟਿਕ ਨੂੰ ਕਹਿੰਦੇ ਆ ਪੋਜ਼ਿਟਿਵ ਵੀ ਆ ਗਿਆ ਕੋਈ ਸਿੰਪਟਮ ਨਹੀਂ ਹੈਗੇ ਕਾਰ ਬਿਠਾ ਦਿੰਦੇ ਆ ਹੁਣ ਜਿਹੜਾ ਬੰਦਾ ਕਾਰ ਬੈਠੇਗਾ ਕਿ ਗਵਰਨਮੈਂਟ ਨੂੰ ਦੇਖ ਰਹੀ ਹੈ ਕੀ ਕਰ ਰਿਹਾ ਉਹ ਉਹ ਬਾਹਰ ਜਾ ਸਕਦਾ ਹੈ ਉਹਨਾਂ ਨੂੰ ਕਿਹੜੀ ਕੋਈ ਇੱਥੇ ਕੋਈ ਸਿਕਿਉਰਿਟੀ ਲੱਗੀ ਹੋਈ ਹੈ ਕੋਈ ਕਿ ਉਹ ਬਾਹਰ ਨਾ ਨਿਕਲੇ ਉਹ ਤਾਂ ਉਹਦੀ ਮਰਜ਼ੀ ਹੈ ਨਾ ਗਵਰਨਮੈਂਟ ਤਾਂ ਰੱਖ ਨਹੀਂ ਪਾਰੀ ਇਹਨਾਂ ਕੋਲ ਸਪ ਕਿ ਜਿਹੜੇ ਬੰਦਿਆਂ ਨੂੰ ਘਰ ਬਿਠਾ ਦਿੱਤਾ ਗਿਆ ਹੈ ਕਿ ਉਹ ਪ੍ਰੋਪਰ ਸੈਲਫ ਆਈਸੋਲੇਸ਼ਨ ਘਰ ਦੇ ਵਿੱਚ ਆਪ ਹੀ ਰਹਿਣ ਤਾਂ ਕਿ ਦੇਸ਼ ਦੀ ਸੇਵਾ ਹੀ ਹੈ ਇਹ ਚੀਜ਼ ਦੀ ਗੱਲ ਬਾਤ ਨਾ ਨਿਕਲਣ ਤਾਂ ਡਾਕਟਰ ਸਾਹਿਬ ਕਮਿਊਨਿਟੀ ਟ੍ਰਾਂਸਮਿਸ਼ਨ ਤੁਸੀਂ ਗੱਲ ਕਰ ਰਹੇ ਹੋ ਕਮਿਊਨਿਟੀ ਸਪਰੈਡ ਦੀ ਤੁਸੀਂ ਗੱਲ ਕਰ ਰਹੇ ਹੋ ਜੇ ਕਮਿਊਨਿਟੀ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਜਿਵੇਂ ਨਿਊਜ਼ੀਲੈਂਡ ਨਾਲ ਲੈ ਕੇ ਚੱਲਿਆ ਕਮਿਊਨਿਟੀ ਨੂੰ ਫਿਰ ਤਾਂ ਅਸੀਂ ਸ਼ਾਇਦ ਕਮਿਊਨਿਟੀ ਟ੍ਰਾਂਸਮਿਸ਼ਨ ਵੱਲ ਨਾ ਜਾਂਦੇ ਪਰ ਮੈਨੂੰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕਮਿਊਨਿਟੀ ਨੂੰ ਅਸੀਂ ਪਾਸੇ ਰੱਖਿਆ ਹਾਂਜੀ ਹਾਂਜੀ ਦੇਖੋ ਕਮਿਊਨਿਟੀ ਦਾ ਮਤਲਬ ਹੀ ਹੋ ਧਿਆਨ ਨਹੀਂ ਰੱਖਾਂਗੇ ਸਰਕਾਰਾਂ ਨੇ ਕੀ ਕਰਨਾ ਹੈ ਫਿਰ ਜੋ ਕਰਨਾ ਕਰੋਨਾ ਨਹੀਂ ਕਰਨਾ ਤੇ ਆਪ ਦਾ ਪੂਰਾ ਧਿਆਨ ਰੱਖੋ ਆਪ ਦੀ ਜਿਹੜੀ ਜਾਨ ਨੂੰ ਬਚਾਓ ਲੋਕਾਂ ਦੀ ਜਾਨ ਨੂੰ ਬਚਾਓ ਇਹਦੇ ਵਿੱਚ ਤਾਂ ਸਭ ਤੋਂ ਫਾਇਦਾ ਹੈ ਇੱਕ ਦੇ ਸੇਵਾ ਮੇਰੇ ਸਾਹ ਦੇ ਨਾਲ ਤੁਸੀਂ ਕਾਰ ਚ ਬੈਠੇ ਹੋ ਬਾਹਰ ਨਹੀਂ ਜਾਂਦੇ ਹੋ ਜਿੱਥੇ ਕੁਝ ਪ੍ਰੋਬਲਮ ਆ ਰਹੀ ਹੈ ਉਸ ਗਲੀ ਮੋਲੇ ਨਹੀਂ ਜਾਣਾ ਐਂਡਰੂ ਬਾਹਰ ਨਹੀਂ ਜਾਣਾ ਖਾਸ ਲੋੜ ਹੈ ਤਾਂ ਨਿਕਲੋ ਤੇ ਲੋਕੀ ਤਾਂ ਇੱਥੇ ਸ਼ਰੀਆ ਵੀ ਤੁਰੇ ਫਿਰਦੇ ਵੇਲੇ ਹੁੰਦੇ ਨੇ ਇਸ ਦਾ ਆਪਾਂ ਮਿਲ ਕੇ ਆਈਏ ਉਥੇ ਕਮਨ ਚਲੀਏ ਉਹ ਗਲਤ ਹੈਗਾ ਉਸ ਚੀਜ਼ ਨੂੰ ਪਛਾਇਆ ਜਾਏ ਤਾਂ ਕਰਕੇ ਆਪ ਪਪੂਲੇਸ਼ਨ ਬਹੁਤ ਜ਼ਿਆਦਾ ਹੈ ਇਹ ਬਹੁਤ ਜਲਦੀ ਅਗਰੇ ਫੈਲ ਜਾਣਾ ਇਹਨੇ ਤੇ ਦੇਖੋ ਵਧ ਰਹੀ ਹੈ ਰੋਜ਼ ਰੋਜ਼ ਤੇ ਇਹਨੂੰ ਘਟਾਉਣ ਵਾਸਤੇ ਸਾਨੂੰ ਕਮਿਊਨਿਟੀ ਆਪਾਂ ਕਮਿਊਨਿਟੀ ਸਪਰੈਡ ਨਾ ਹੋਣਦੀ ਏ ਕੌਣ ਕਰੇਗਾ ਕਮਿਊਨਿਟੀ ਕਰੇਗੀ ਠੀਕ ਹੈ ਨਾ ਬਾਕੀ ਸਰਕਾਰ ਨੇ ਆਪਣਾ ਤਰ੍ਹਾਂ ਫੈਲਾ ਕਰਨਾ ਹੈ ਟੈਸਟਿੰਗ ਹੋ ਰਹੀ ਹੈ ਤੀਨ ਬਣਨੀ ਪੈਣੀ ਬੇਸਿਕਲੀ ਸਾਰਿਆਂ ਨੂੰ ਇਨਵੋਲਵ ਕਰਨਾ ਪਵੇ ਟ੍ਰੀਟਮੈਂਟ ਤਾਂ ਦੀ ਕੋਈ ਹੈ ਹੀ ਨਹੀਂ ਜਾਂ ਟ੍ਰੀਟਮੈਂਟ ਹੋਵੇ ਇੱਕੋ ਹੀ ਹੱਲ ਹੈ ਟੀਮ ਬਣਾਓ ਟੀਮ ਬਣਾਓ ਟੀਮ ਬਣਾਓ ਤੇ ਇੱਕੋ ਹੀ ਹੱਲ ਹੈ ਕਿ ਇਹਦੀ ਇਮਿਊਨਿਟੀ ਬਣਾਓ ਆਪਣੀ ਆਪਣੀ ਹੈਲਥ ਹਾਈਜਨ ਰੱਖੋ ਘਰਾਂ ਚ ਬੈਠੋ ਹफिल ਹਾਲ ਜਦ ਤੱਕ ਵੈਕਸੀਨ ਨਹੀਂ ਆਂਦੀ ਥੋੜਾ ਜਿਆ ਇਸ ਤੋਂ ਡਰ ਕੇ ਰਹੋ ਥੋੜਾ ਜਿਆ ਤੇ ਤਾਂ ਕਰਕੇ ਜਦ ਵੈਕਸੀਨ ਆ ਜਾਏਗੀ ਫਿਰ ਠੀਕੇਗਾ ਤੋਣੇ ਕਾਲਸ ਵੀ ਆਣੀ ਸ਼ੁਰੂ ਹੋ ਗਈਆਂ ਪਰ ਮੈਂ ਥੋੜੀ ਦੇਰ ਬਾਅਦ ਕਾਲਸ ਲਾਉਂਗਾ ਮੈਂ ਹੁਣੇ ਕਾਲਸ ਨਹੀਂ ਲੈ ਪਾਰ ਰਿਹਾ ਕਿਉਂਕਿ ਥੋੜਾ ਬਹੁਤ ਪਹਿਲਾਂ ਆਪਾਂ ਇਸ ਮੁੱਦੇ ਨੂੰ ਸਮਝ ਲਈਏ ਉਸ ਤੋਂ ਬਾਅਦ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਡਾਕਟਰ ਸੰਦੋਖ ਸਿੰਘ ਮੈਂ ਐਕਸਵਾਲ ਵਾਰ-ਵਾਰ ਕਰ ਰਹੇ ਹਾਂ ਤੁਸੀਂ ਵੀ ਸ਼ਾਇਦ ਉਸ ਸਵਾਲ ਤੋਂ ਬਚਦੇ ਦਿਖਾਈ ਦੇ ਰਹੇ ਹੋ ਮੈਨੂੰ ਮੈਂ ਨਿਊਜ਼ੀਲੈਂਡ ਦੀ ਗੱਲ ਕਰ ਰਿਹਾ ਸੀ ਹਾਲਾਂਕਿ ਉਹਨਾਂ ਦੀ ਪੋਪੂਲੇਸ਼ਨ ਜੇ ਅਸੀਂ 50 ਲੱਖ ਦੀ ਪੋਪੂਲੇਸ਼ਨ ਨੂੰ 1 ਕਰੋੜ 30 ਲੱਖ ਨਾਲ 1 ਕਰੋੜ 40 ਲੱਖ ਨਾਲ ਇਹ ਕਰਬ 40 ਲੱਖ ਨਾਲ ਅਸੀਂ ਕੰਪੇਅਰ ਕਰਾਂਗੇ ਤਾਂ ਮੇਲਾ ਦਾ 40 ਕਰੋੜ ਨਾਲ ਸਹੀ ਨਹੀਂ ਹੋਵੇਗਾ ਉਹ ਇੱਕ ਸੰਕੇਤ ਹੈ ਉਹ ਇੱਕ ਦੁਨੀਆ ਨੂੰ ਇਸ਼ਾਰਾ ਹੈ ਨਿਊਜ਼ੀਲੈਂਡ ਤੋਂ ਕੋ ਸਿੱਖਣਾ ਚਾਹੀਦਾ ਸਾਨੂੰ ਕਿੰਨੀ ਚਾਹੀਦਾ ਬਿਲਕੁਲ ਸਿੱਖਣਾ ਚਾਹੀਦਾ ਹੈ ਜਿਹੜੀ ਕੰਟਰੀ ਨੇ ਸਪਰੈਡ ਰੋਕਿਆ ਉਹ ਕਿਹੜੀ ਕਿਹੜੀ ਪਾਲਿਸੀ ਨੂੰ ਫਾਲੋ ਕੀਤਾ ਸਿੱਖੋ ਉਸ ਚੀਜ਼ ਤੋਂ ਤੇ ਜਿਹੜੀ ਕੰਟਰੀਆਂ ਨੇ ਇਹ ਕਰਵ ਨੂੰ ਨਹੀਂ ਆ ਦਿੱਤਾ ਟੈਸਟਿੰਗ ਜ਼ਿਆਦਾ ਕੀਤੀ ਜਾਂ ਕੁਝ ਹੋਰ ਫੈਸਿਲਿਟੀਆਂ ਲਾਈਆਂ ਉਹਨਾਂ ਨੇ ਮਤਲਬ ਜੋ ਵੀ ਉਹਨਾਂ ਨੇ ਉੱਥੇ ਟੀਮ ਜਿਹੜੀ ਸੀਗੀ ਇੱਥੇ ਇੱਥੇ ਮਤਲਬ ਕਿ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਫੁੱਲ ਮਤਲਬ ਸਿਕਿਉਰਟੀ ਐਂਡ ਸਭ ਕੁਝ ਤਰੀਕੇ ਨਾਲ ਟੈਸਟਿੰਗ ਟ੍ਰੈਸਟਿੰਗ ਹੋਵੇ ਤਾਂ ਉਹ ਆਪਾਂ ਜੋ ਉਹਨਾਂ ਨੇ ਫਾਲੋ ਕੀਤਾ ਇਸ ਤਰੀਕੇ ਨਾਲ ਕਮਿਊਨਿਟੀ ਦਾ ਫਾਲੋਅ ਵੀ ਕੀਤਾ ਕਿ ਤੁਹਾਨੂੰ ਘਰੇ ਬੈਠਣ ਨੂੰ ਪੈਸੇ ਪਾਏ ਤੁਹਾਡੀ ਜੇਬ ਚ ਉਹ ਤਾਂ ਫਿਰ ਹੈ ਉਹ ਤਾਂ ਫਿਰ ਮਤਲਬ ਕਮਿਊਨਿਟੀ ਦਾ ਤਾਂ ਹੀ ਜੋੜਦੀ ਹੈ ਨਾ ਸਰ ਜੇ ਤੁਸੀਂ ਨਾ ਰੋਜ਼ੀ ਰੋਟੀ ਦਾ ਪ੍ਰਬੰਧ ਕਰੋਗੇ ਦੇਖੋ ਮੈਂ ਡਾਇਰੈਕਟ ਬੋਲਾਂਗਾ ਤਾਂ ਫਿਰ ਇਹ ਸਰਕਾਰ ਦੇ ਪੱਲ ਤੋਂ ਫੇਲਿਅਰ ਹੀ ਆ ਇਸ ਸਾਲ ਦਾ ਹੈ ਨਾ ਕਿ ਹੁਣ ਜਿਹੜੇ ਕੋ ਦੇਖੋ ਜਿਹੜੇ ਜਿਹੜੇ ਲੇਬਰਰ ਹੈ 300 ਰੁਪਏ ਰੋਜ਼ ਕਮਾਉਂਦੇ ਸੀਗੇ ਚੰਡੀਗੜ੍ਹ ਤੋਂ ਪੈਦਲ ਗਏ ਐ ਸਾਈਕਲਾਂ ਤੇ ਗਏ ਐ ਯੂਪੀ 700 ਕਿਲੋਮੀਟਰ ਦੱਸੋ ਇੱਕ ਇਹ ਗਵਰਨਮੈਂਟ ਕੀ ਕਰੀ ਸੀ ਉਹ ਤੋਂ ਹੁਣ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਹੈ ਹੈਲਪ ਕਰੋ ਇਹ ਜਦੋਂ ਜਾਣਾ ਸ਼ੁਰੂ ਹੋਏ ਸੀ ਅਜ ਤੋਂ 1.5-2 ਮਹੀਨੇ ਮੈਨੂੰ ਅਜ ਵੀ ਯਾਦ ਹੈ ਕਿ ਜਗਤਪੁਰੇ ਰੋਡ ਤੇ ਪੂਰੇ ਲਾਈਨ ਲੱਗੇ ਜਾਂਦੇ ਸੀਗੇ ਜਾਂ ਦਿੱਲੀ ਪਹੁੰਚੇ ਦਿੱਲੀ ਜਾ ਕੇ ਪਹੁੰਚੇ ਨੰਡਾ ਡੇ ਮਾਰਦੇ ਇਕੱਠੇ ਨਿਹੁਣੇ ਇਕੱਠੇ ਤੁਸੀਂ ਕਿਉਂ ਹੁੰਦੇ ਹੋ ਸੋਸ਼ਲ ਡਿਸਟੈਂਸਿੰਗ ਕੀ ਹੈ ਉਹ ਭਾਈ ਜਿਹੜਾ 300 ਰੁਪਏ ਕਮਾਉਂਦਾ ਉਹਨੂੰ ਸੋਸ਼ਲ ਡਿਸਟੈਂਸਿੰਗ ਦਾ ਕੀ ਪਤਾ ਹੂੰ ਠੀਕ ਹੈ ਨਾ ਇਹ ਗਵਰਨਮੈਂਟ ਨੂੰ ਚਾਹੀਦਾ ਸੀਗਾ ਕਿ ਉਹਨਾਂ ਨੂੰ ਕਿਸੇ ਦੇ ਕੇ ਨਾ ਹੈਲਪ ਕਰਦੀ ਫਾਈਨੈਂਸ਼ੀਅਲ ਹੈਲਪ ਕਰਦੀ ਕੱਲੀ ਰੋਟੀ ਖਵਾ ਕੇ ਦਾਲ ਦੇ ਕੇ ਦਿਨ ਚ ਇੱਕ ਵਾਰੀ ਕੰਮ ਨਹੀਂ ਚੱਲਦਾ ਤੇ ਤਾਂ ਕਰਕੇ ਮਾਈਗ੍ਰੇਸ਼ਨ ਹੋ ਰ ਉਮੈਗਸ਼ਨ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਨਹੀਂ ਹੋਈ ਕਮਨ ਨੇ ਪੈਸੇ ਪਾਏ ਹਨ ਉਹਨਾਂ ਨੂੰ ਜੋ ਵੀ ਕੀਤਾ ਹੈ ਹੈਲਪ ਕੀਤੀ ਹੈ ਉੱਥੇ ਉਹ ਚੀਜ਼ਾਂ ਤਾਂ ਹੁਣ ਆਪਣੀ ਇਥੇ ਇਕਨੋਮੀ ਦਾ ਸਵਾਲ ਹੈ ਰੋ ਮਾਡਲ ਤਾਂ ਅਸੀਂ ਫੋਲੋ ਨਹੀਂ ਕਰ ਸਕਦੇ ਜਿਹੜਾ ਹੁਣ ਅਮਰੀਕਾ ਦੀ ਪਾਪੂਲੇਸ਼ਨ ਦੀ ਗੱਲ ਕਰੀਏ ਤਾਂ ਅਮਰੀਕਾ ਦੀ ਪਾਪੂਲੇਸ਼ਨ ਤਾਂ 100 ਨੀ ਆ ਜਿੰਨੀ ਸਰ ਦੀ 1 ਕਰਬ ਤੋਂ ਬਾਅਦ ਰਹਿੰਦੀ ਬਿਲਕੁਲ 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 ਹਾਂ ਬਿਲਕੁਲ ਹੁਣ ਇਜ਼ਰਾਈਲ ਦੀ ਪਾਪੂਲੇਸ਼ਨ ਕਿੰਨੀ ਹੈ ਦੇਖੋ 90 ਲੱਖ ਹੈ ਤੇ ਉਸ ਸਾਡੇ ਨਾਲ ਦੇਖੋ ਪਾਪੂਲੇਸ਼ਨ ਨਗਰ ਥੋੜੀ ਹੁੰਦੀ ਹੈ ਐਜੂਕੇਟਿਡ ਹੁੰਦੇ ਆ ਲੋਕੀ ਪਰ ਸਾਡੀ ਸਟਰੈਂਥ ਵੀ ਹੈ ਸਰ ਸਾਡੀ ਸਟਰੈਂਥ ਵੀ ਹੈ ਸਾਡੇ ਕੋਲ ਯੰਗ ਪਾਪੂਲੇਸ਼ਨ ਬਹੁਤ ਹੈ ਯੈਸ 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 ਸਾਡੇ ਦੋਨੋਂ ਦੋਨੋਂ ਪੱਖ ਦੇਖਨੇ ਪੈਣਗੇ ਦੋਨੋਂ ਪੱਖ ਦੇਖਨੇ ਪੈਣਗੇ ਕਿਉਂਕਿ ਆਪਾਂ ਦੇਖੋ ਇੱਥੇ ਵੀ ਐ ਨਹੀਂ ਕਹਿੰਦਾ ਕੁਝ ਨਹੀਂ ਕਰ ਰਹੇ ਸੀ ਬਹੁਤ ਕੁ ਲੋਅਰ ਮਲਕ ਅਨ ਐਜੂਕੇਟਿਡ ਹੈਗੀ ਹੈ ਜਾਂ ਅਨ ਇਮਪਲੋਇਮੈਂਟ ਜ਼ਿਆਦਾ ਹੈਗੀ ਹੈ ਲੇਬਰ ਕਲਾਸ ਜ਼ਿਆਦਾ ਹੈਗੀ ਹੈ ਉਹਨਾਂ ਦੇ ਵੀ ਕਰੋਨਾ ਦਾ ਹੀ ਅਸਰ ਸਕੇ ਹੈਗੀ ਹੈ ਇੱਥੇ ਉਹਨਾਂ ਦਾ ਮੁੱਦਾ ਜਿਹੜਾ ਹੈਗਾ ਸਰਕਾਰ ਥੋੜੀ ਲੈਕ ਕਰ ਰਹੀ ਸੋ ਚਲੋ ਮੈਂ ਇੱਕ ਛੋਟਾ ਬ੍ਰੇਕ ਲਾ ਲਵਾਂ ਡਾਕਟਰ ਸਾਹਿਬ ਫਿਰ ਤੁਹਾਡੇ ਕੋਲ ਵਾਪਸ ਹੋਣੇ ਆ ਮੈਰਿਟ ਡੀਮੈਰਿਟਸ ਅਨੁਸਾਰੀਆਂ ਦੇਖੀ ਪੈਣਗੀਆਂ ਕਰੋਨਾ ਕਾਲ ਨੇ ਸਾਨੂੰ ਸਿਖਾਇਆ ਬਹੁਤ ਕੁਝ ਹੈ ਅਸੀਂ ਸਿੱਖ ਵੀ ਬਹੁਤ ਕੁਝ ਰਹੇ ਹੈ ਕਰੋਨਾ ਕਾਲ ਦੇ ਵਿਚਾਲੇ ਅਸੀਂ ਜਿਹੜੀਆਂ ਚੀਜ਼ਾਂ ਨਵੀਆਂ ਸਿੱਖਣੀਆਂ ਹੈਗੀਆਂ ਉਹ ਸਭ ਦੇ ਲਈ ਡਾਕਟਰ ਸਾਹਿਬ ਸਾਡੇ ਨਾਲ ਹਾਜ਼ਰ ਹੈ ਬ੍ਰੇਕ ਤੋਂ ਬਾਅਦ ਫਿਰ ਮਿਲ ਮੈਦਮੋਦ ਜੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਕਰੋਨਾ ਕਾਲ ਦੁਨੀਆ ਬਿਹਾਲ ਤੇ ਸਾਡੇ ਨਾਲ ਡਾਕਟਰ ਸੰਤੋਖ ਸਿੰਘ ਹੈਗੇ ਡਾਕਟਰ ਸੰਤੋਖ ਸਿੰਘ ਆ एनर्जी बूस्टर की देना चाहोगे ਤੁਸੀਂ ਕਿਉਂਕਿ ਤੁਸੀਂ ਖੁਦ ਬੋਡੀ ਬਿਲਡਿੰਗ ਵੀ ਕਰਦੇ ਹੋ ਤੁਹਾਡੀ ਬੋਡੀ ਦੇਖ ਕੇ ਪਤਾ ਹੀ ਲੱਗਦਾ ਹੈ ਇੱਕ ਜਿਮ ਬੰਦ ਦਾ ਤਕਲੀਫ ਤੁਹਾਨੂੰ ਵੀ ਹੋਵੇ ਤੇ એનર્ਜੀ ਕਿਵੇਂ ਦੋਗੇ ਤੁਹਾਡੇ ਆਪ ਤੁਸੀਂ ਤਾਂ ਆਪ ਕਹੀਏ ਨਾ ਮੇਰੀ એનર્ਜੀ ਡਾਊਨ ਹੋ ਜਾਂਦੀ ਹੈ ਜਿਮ ਤੋਂ ਬਿਨਾ ਹੁਣ ਜਿਮ ਖੁੱਲੇਗਾ ਤੇ ਸਰਕਾਰ ਤੇ ਇਹ ਤਾਂ ਫੈਸਲੇ ਆ ਗਿਆ ਹੈ ਜਿਮ ਹੋ ਗਿਆ ਕਲੱਬ ਹੋ ਗਿਆ ਬੰਦ ਹੈ ਜੰਡੀਆ ਦੇ ਵਿੱਚ ਠੇਕੇ ਖੋਲਦੇ ਪਏ ਨਾ ਜੀ ਠੇਕੇ ਤਾਂ ਫਿਰ ਉਹਨਾਂ ਨੂੰ ਰੈਵਨਿਊ ਲੈਣਾ ਹੈ ਉਹ ਤਾਂ ਖੋਲਣਗੇ ਜਿਹੜੇ ਜਿਹੜੇ ਲੋਕਾਂ ਵਾਸਤੇ ਲੋੜ ਹੈਗੀ ਹੈ ਲੋ ਉਹਨਾਂ ਦੀ ਮਰਜ਼ੀ ਹੈ ਕੀ ਕਰ ਚਾਹ ਸਕਦੇ ਆਪਾਂ ਉਹਨਾਂ ਦੇ ਨਹੀਂ ਕਹਿਣਾ ਚਾਹੀਦਾ ਸਰ ਵੈਸੇ ਮੇ ਸਾਹਨ ਦੇਖੋ ਖੁੱਲੇ ਰਹੇ ਤੇ ਜਿਮ ਬੰਦ ਕਰਨ ਦਾ ਕੀ ਮਤਲਬ ਹੋਇਆ ਅਗਰ ਤੁਸੀਂ ਲਾਂਡੇ ਮਾਲ ਖੋਲਤਾ ਤੁਸੀਂ ਜਿੱਥੇ ਲੋਕ ਇਕੱਠੇ ਹੁੰਦੇ ਨੇ ਇਹਨਾਂ ਨਾਲ ਲੋਕੀ ਪਹੁੰਚਦੇ ਨੇ ਤੁਸੀਂ ਜਿਮ ਦੇ ਵਿੱਚ ਕੰਡੀਸ਼ਨ ਲਾ ਦੋ ਕਿ ਤੁਸੀਂ ਇੰਨੇ ਬੰਦੇ ਇੱਕ ਟੈਂਡ ਦੇ ਵਿੱਚ ਇੰਨੇ ਬੰਦੇ ਹੋਣੇ ਚਾਹੀਦੇ ਹੁਣ ਜਿਮ ਵਾਲੇ ਇਸ ਟਾਈਮ 4 ਮਹੀਨੇ ਦੇ ਬੰਦ ਪਏ ਨੇ ਤਿੰਨ ਚਾ ਤਿੰਨ ਮਹੀਨੇ ਦੇ ਮੇਰੇ ਖਿਆਲ ਹੈ ਤੇ 10 ਮਹੀਨੇ ਤੋਂ ਲੈ ਕੇ ਰਾਇ ਵੀ ਦੇ ਰਹੇ ਨੇ ਜਿਮ ਵਾਲਿਆਂ ਦਾ ਬੁਰਾ ਹਾਲ ਹੋ ਗਿਆ ਇੱਕ ਜਿਮ ਕਰਨ ਵਾਲੇ ਦਾ ਜ਼ਿਆਦਾ ਬੁਰਾ ਹਾਲ ਹੋ ਗਿਆ ਸਾਈਕੋਲੋਜੀਕਲ ਹਮੈ ਰੋਜ਼ ਪੰਜ ਤੋਂ ਸੱਤ ਜਿਮਸ ਹੁੰਦਾ ਸੀ ਹੁਣ 판ਸ ਉਸ ਹੱਤਵਤ ਤਾਂ ਨਾ ਕੀ ਕਰਾਂ ਮੈਂ ਦੱਸੋ ਬਾਦਾਂ ਦਿਲ ਨਹੀਂ ਕਰਦਾ ਆਪ ਪੀਵੇ ਜਿਮ ਜਾ ਕੇ ਪਾ ਚੱਕਣ ਦੀ ਤੇ ਸੈਰ ਮਾੜੀ ਮੋਟੀ ਕਰ ਲਈਦੀ ਹੈ ਹੁਣ ਜਦ ਇਹ ਸੈਰ ਮਤਲਬ ਮੇਨ ਇਮਿਊਨਿਟੀ ਦਾ ਕੀ ਚੱਕਰ ਹੁੰਦਾ ਦੇਖੋ ਸਲੀਪ ਚੰਗੀ ਲੈਣੀ ਚਾਹੀਦੀ ਹੈ ਨੀਂਦ ਬਹੁਤ ਛੀ ਹੋਣੀ ਚਾਹੀਦੀ ਹੈ ਸਾਡੀ ਨੀਂਦ ਦੇ ਵਿੱਚ ਸਾਡਾ ਨਿਕਲਦਾ ਹੈ ਇੱਕ ਹਾਰਮੋਨ ਸੋਮਾਟ੍ਰੋਪਿਨ ਗਰੋਥ ਹਾਰਮੋਨ ਹੈ ਸਾਨੂੰ ਗਰੋਥ ਸਾਡੀ ਬੋਡੀ ਗਰੋਥ ਲੈ ਕੇ ਨਾ ਰਿਪੇਅਰ ਕਰਦਾ ਹੈ ਤੇ ਉਸ ਤੋਂ ਬਾਅਦ ਐਕਸਰਸਾਈਜ਼ ਬਹੁਤ ਜ਼ਰੂਰੀ ਹੈਗੀ ਹੈ ਐਕਸਰਸਾਈਜ਼ ਤੋਂ ਬਾਅਦ ਪਾਣੀ ਪੀਣਾ ਬਹੁਤ ਜ਼ਰੂਰੀ ਹੈਗਾ ਚੌਥੀ ਗੱਲ ਆਉਂਦੀ ਹੈ ਡ ਪਾਣੀ ਹਰ ਤੁਸੀਂ ਪੀਂਦੇ ਰਹੋ ਪੀਵੋ ਕੋਈ ਨਹੀਂ ਪੀਵੋ ਰਸੋਈ ਉਹ ਕੇ 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 ਚਿਹਰੇ ਤੇ ਰੌਣਕ ਵੀ ਆ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਇੱਕ ਦਿਨ ਦੇ ਵਿੱਚ 8 ਲੀਟਰ ਤੋਂ ਘੱਟ ਪਾਣੀ ਨਹੀਂ ਪੀਣਾ ਠੰਡਾ ਪੀਓ ਗਰਮ ਪੀਓ ਬਹੁਤ ਜ਼ਰੂਰੀ ਹੈ ਇਹ ਬਿਨਾ ਗਲਤੋਂ ਵੀ ਨਹੀਂ ਪੀਣਾ ਸਾਰੇ ਵੀ ਦੱਸੋ ਹਾਂ ਬਿਨਾ ਗਲਤੋਂ ਵੀ ਨਹੀਂ ਪੀਣਾ ਟੈਨਸ਼ਨ ਲੱਗੇ ਪਾਣੀ ਪਿੰਦੇ ਜਾਓ ਜ਼ਿਆਦਾ ਪੀਣਾ ਛੁਕਾ ਅੱਛਾ ਇੱਕ ਚੀਜ਼ ਹੋਰ ਦੱਸਣਾ ਹੈ ਕਈ ਲੋਕੀ ਮੈਂ ਦੇਖੇ ਆ ਕਿ ਪਾਣੀ ਬਹੁਤ ਜ਼ਿਆਦਾ ਪੀਂਦੇ ਆ 5-6 ਲੀਟਰ ਇੱਕ ਇੰਗਲਿਸ਼ ਦਾ ਵਰਡ ਹੈਗਾ ਵਾਟਰ ਇਨਟੌਕਸੀਫਿਕੇਸ਼ਨ ਇਹਦਾ ਨੁਕਸਾਨ ਵੀ ਹੈ ਆਈ ਮੀਨ ਟੂ ਸੇ ਹਰ ਚੀਜ਼ ਦਾ ਇੱਕ ਤਰੀਕਾ ਹੈ ਐਕਸਰਸਾਈਜ਼ ਜ਼ਿਆਦਾ ਵੀ ਨਹੀਂ ਕਰਨੀ ਉਹਦੇ ਨਾਲ ਬਾਡੀ ਬਾਡੀ ਜਿਹੜੀ ਹੈਗੀ ਨਾ ਉਹ ਗਿਰਦੀ ਹੈ ਉਸ ਸਟ्रेस ਹੋ ਜਾਂਦੀ ਹੈ ਤੇ ਉਹਦੇ ਨਾਲ ਨੁਕਸਾਨ ਹੁੰਦਾ ਹਰ ਚੀਜ਼ ਜੈਕੇ ਤਰੀਕੇ ਨਾਲ ਕਰੋ ਉਹ ਕਹਿੰਦੇ ਨੇ ਨਾ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਬੈਡ ਯੈਸ ਤੁਸੀਂ ਚੈੱਕ ਕਰੋ ਗੂਗਲ ਦੇ ਵਿੱਚ ਵਾਟਰ ਇਨਟੋਕਸਿਪੇਸ਼ਨ ਤੁਹਾਨੂੰ ਸਭ ਪੜਾ ਆ ਜਾਗਾ ਸਾਰਾ ਕੀ ਕਰਦੇ ਆਪਾਂ ਪਾਣੀ ਦੇ ਵੀ ਨੁਕਸਾਨ ਹੋ ਜਾਂਦੇ ਬਿਲਕੁਲ ਅਗਰ 5 6 ਲੀਟਰ ਪਾਣੀ ਪੀਓਗੇ ਕਿਡਨੀ ਤਾਂ ਇਨੀ ਜੀ ਹੈਗੀ ਹੈ ਪਾਣੀ 6 ਲੀਟਰ ਬਹੁਤ ਹੋ ਜਾਂਦਾ ਹੈ ਉਹ ਦਿਨ ਦੇ ਵਿੱਚ ਆਪਾਂ ਪਿਸ਼ਾਬ ਨਹੀਂ ਬੰਨਦਾ ਉਹ ਇਕੱਠਾ ਤੇ ਸਭ ਚੀਜ਼ਾਂ ਧਿਆਨ ਰੱਖਦੇ ਹੋਏ ਉਸ ਤੋਂ ਬਾਅਦ ਆਉਂਦੀ ਹੈ ਡਾਈਟ ਹੁਣ ਡਾਈਟ ਦੇ ਵਿੱਚ ਆਪਾਂ ਉਹ ਚੀਜ਼ਾਂ ਖਾਈ ਜਿਹੜੇ ਆਪਾਂ ਦੇਖੋ ਮਸਾਲੇ ਸੀਗੇ ਨਾ ਇਹ ਸਾਰਿਆਂ ਦੇ ਵਿੱਚ ਹਲਦੀ ਹੋ ਗਈ ਤੰਗੀਆਂ ਹੋ ਗਿਆ ਸੌਫ ਹੋ ਗਈ ਆਪਣਾ ਤੁਲਸੀ ਦੇ ਪੱਤੇ ਹੋ ਗਏ ਜਿਹੜੇ ਰੰਗ-ਬਰੰਗੇ ਫਰੂਟ ਹੈਗੇ ਰੰਗ ਜਿੰਨੇ ਚੈਰੀਜ਼ ਬਲੂਬੈਰੀ ਬਾਰਬੜਾ ਮਿਲਦਾ ਹੈ ਉੱਥੇ ਤੇ ਇਹ ਬਲੂਬੈਰੀ ਆਪਣਾ ਸਟਰਾਬੈਰੀਜ਼ ਜਿੰਨੇ ਵੀ ਰੰਗ-ਬਰੰਗੀਆਂ ਹੈ ਕੀ ਚੀਜ਼ਾਂ ਨੇ ਇਹਨਾਂ ਵਿੱਚ ਕੁਛ ਨਾ ਕੁਛ ਐਂਟੀਆਕਸੀਡੈਂਟ ਹੈਗਾ ਐਂਟੀਆਕਸੀਡੈਂਟ ਦਾ ਮਤਲਬ ਹੁੰਦਾ ਹੈ ਕਿ ਸਾਡੀ ਬੋਡੀ ਦੇ ਵਿੱਚ ਜਿਹੜੇ ਬੰਦੇ ਫ੍ਰੀ ਰੈਡੀਕਲ ਜਿਹੜੇ ਆਪਣੀ ਏਜਿੰਗ ਲੈ ਕੇ ਆਉਂਦੇ ਆ ਜਿਹੜਾ ਸਭ ਨੂੰ ਨੁਕਸਾਨ ਕਰਦੇ ਆ ਉਹਨਾਂ ਨੂੰ ਠੀਕ ਕਰਨ ਵਾਸਤੇ ਸਾਨੂੰ ਇਹ ਸਾਰਾ ਅੰਨ ਖਾਣਾ ਚਾਹੀਦਾ ਤੇ ਤੇ ਇੱਕ ਚੀਜ਼ ਹੋਰ ਸੰਗਾ ਇਥੇ ਜੰਕ ਫੂਡ ਅਵਾਇਡ ਕਰੋ ਜੰਕ ਫੂਡ ਨਹੀਂ ਖਾਣੇ ਘਰ ਦੀ ਰੋਟੀ ਜਿਹੜੀ ਹੈਗੀ ਹੈ ਬੈਸਟ ਹੈਗੀ ਹੈ ਤੇ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਆਪਾਂ ਹੋ ਅਲਕੋਹਲ ਤੇ ਚਾਹੀ ਗਈ ਥੋੜੀ ਜੀ ਹੈਨਾ ਜਿਆਦਾ ਮਤਲਬ ਹਾਈ ਕੈਲਰੀ ਡਰਿੰਕ ਮਿੱਠੀਆਂ ਚੀਜ਼ੀਆਂ ਜਿਹੜੀਆਂ ਆ ਕੋਲਾ ਸੰਦੇ ਨੇ ਲਾਲ ਪੀਲੇ ਹਰੇ ਜੋ ਵੀ ਆਂਦੇ ਨੇ ਇਹ ਚੀਜ਼ਾਂ ਆਪਾਂ ਨਹੀਂ ਪੀਂਆਂ ਘਰ ਦੇ ਸ਼ਕੰਜੀ ਨਾਲ ਕੇ ਪੀਓ ਅੱਜਕੱਲ ਬੈਸਟ ਹੈ ਨਿੰਬੂ ਹੈ ਵਿਟਾਮਿਨ ਸੀ ਮਿਲੇਗਾ ਆਪਾਂ ਬਿਲਕੁਲ ਬੇਸਿਕਸ ਤੇ ਆ ਜਾਈਏ ਹੁਣ ਬੋਡੀ ਨੂੰ ਬੋਡੀ ਨੂੰ ਆਪਾਂ ਸਟ्रेस ਵਿੱਚ ਨਾ ਰੱਖੀਏ ਨਾ ਖਾ ਪੀ ਕੇ ਨਾ ਐਕਸਰਸ ਜ਼ਿਆਦਾ ਕਰਕੇ ਸਭ ਕੁਝ ਆਪਾਂ ਸ਼ਾਂਤੀ ਨਾਲ ਰਹੀਏ ਬੋਇ ਨਾ ਕੋਲਮ ਲਾ ਕੇ ਬੋਇ ਨਾ ਪਾਇਆ ਕਰੋ ਬੋਇ ਨਾਲ ਮੋਟਾਪਾ ਵੀ ਹੁੰਦਾ ਦੱਸੋ ਵੀ ਇਹ ਵੀ ਦੱਸੋ ਨਾ ਹਾਂ ਉਹ ਤਾਂ ਵੈਸੇ ਹੀ ਹੈ ਇੱਕ ਚੀਜ਼ ਹੋਰ ਹਾਸਦਾ ਹੈ ਤੁਸੀਂ ਨਾ ਸਟ੍ਰੈਸ ਲੋਗੇ ਜਿੰਨਾ ਸੋਚੋਗੇ ਬਿਮਾਰੀ ਦੇ ਨਾਲ ਇੱਕ ਨਿਕਲਦਾ ਹਾਰਮੋਨ ਕੋਰਟੀਸੋਲ ਟੈਨਸ਼ਨ ਦਾ ਹਾਰਮੋਨ ਹੈ ਮੋਟਾਪਾ ਕਰਦਾ ਹੈ ਤੇ ਆਪਾਂ ਮੈਂਟਲੀ ਵੀ ਮੋਟੀਵੇਟਿਡ ਰਹਿਣਾ ਹੈ ਮੈਂ ਖੁਸ਼ ਰਹਿੰਦਾ ਹਮੇਸ਼ਾ ਮੈਂ ਤਾਂ ਕੰਮ ਕੀਤਾ ਫੀਲਡ ਤੇ ਆ ਕੇ ਅਸੀਂ ਖੁਸ਼ ਹੋ ਕੇ ਕੰਮ ਕੀਤਾ ਹੈ ਹਾਂ ਖੁਸ਼ ਹੋ ਕੇ ਕੰਮ ਵੀ ਕਰਨਾ ਹੈ ਤੇ ਸੇਫਟੀ ਵੀ ਲੈਣੀ ਹੈ ਇਹ ਨਹੀਂ ਕਿ ਮਤਲਬ ਆਪਾਂ ਇਸ ਤੋਂ ਡਰਨਾ ਹੀ ਨਹੀਂ ਹੈਗਾ ਕਿ ਜੋ ਮਰਜੀ ਕਰੀ ਜਾਈਏ ਸਦਾ ਕੁਝ ਵਿਦ ਸੇਫਟੀ ਆਪਾਂ ਲੜਨਾ ਹੈ ਡਰਨਾ ਉੰਨਾ ਕੀ ਹੈ ਜਿੰਨੀ ਕੁ ਲੋੜ ਹੈਗੀ ਹੈ ਪਰ ਲੜਨਾ ਹੈ ਆਪਾਂ ਇਸ ਚੀਜ਼ ਦੇ ਨਾਲ ਤੇ ਸਭ ਕੁਝ ਠੀਕ ਹੋ ਜਾਏਗਾ ਇਹ ਵਕਤ ਦੀ ਗੱਲ ਹੈਗੀ ਹੈ ਹੁਣ ਪੀਕਾ ਪੂਕਾ ਸਭ ਥੱਲੇ ਆ ਜਾਣੀ ਹੈ ਰਾਮ ਆ ਜਾਏਗਾ ਅਗਰ ਅਸੀਂ ਚਲੀ ਜਾਵਾਂਗੇ ਪੀਕੇ ਥੱਲੇ ਨਹੀਂ ਜਾਣਾ ਬੈ ਸਟ्रेस ਲੱਗੇ ਬੰਦਾ ਵੈਸੀ ਪਾਗਲ ਹੋ ਜਾਂਦਾ ਹੈ ਡਾਕਟਰ ਜੀ ਤੁਸੀਂ ਬਹੁਤ ਖੂਬਸੂਰਤ ਗੱਲਾਂ ਤੁਸੀਂ ਕਰ ਰਹੇ ਹੋ ਤੁਹਾਡੇ ਫੋਨ ਕਾਲਸ ਵੀ ਆ ਰਹੇ ਆ ਦਰਸ਼ਕੋ ਅਜੀ ਉਹਨਾਂ ਦਾ ਸਵਾਗਤ ਕਰਦੇ ਆਂ ਪਰ ਅਗਲੇ ਸੈਗਮੈਂਟ ਵਿੱਚ ਲਾਉਂਗਾ ਫੋਨ ਕਾਲਸ ਨਾਲ ਮੈਂ ਉਸ ਤੋਂ ਪਹਿਲਾਂ ਥੋੜਾ ਜਿਆ ਇਸ ਮੁੱਦੇ ਬਾਰੇ ਅਸੀਂ ਹੋਰ ਚਰਚਾ ਕਰ ਲਈਏ ਡਾਕਟਰ ਸਾਹਿਬ ਇੱਕ ICMR ਦੀ ਜਿਹੜੀ ਸਟੱਡੀ ਹੈਗੀ ਹੈ ਉਹਦੇ ਵਿੱਚ ਇਹ ਹੈ ਕਿ 30% ਦੀ ਕਰੋਨਾ ਮਰੀਜ਼ ਆ ਖੁਦ ਠੀਕ ਹੋ ਰਿਹਾ ਜਿਹੜੀ ਸਾਡੀ ਇੰਡੀਆ ਦੀ ਸਟੱਡੀ ਉਹਨਾਂ ਨੇ ਕੁਝ ਜ਼ਿਲ੍ਹਿਆਂ ਵਿੱਚ ਕੀਤੀ ਹੈ ਤੁਸੀਂ ਉਹ ਸਟੱਡੀ ਨੂੰ ਪੜਿਆ ਹੋਗਾ ਹਾਂਜੀ ਹਾਂਜੀ ਉਸ ਦਾ ਮਤਲਬ ਇੱਕ ਤਾਂ ਸੀ ਇਹ ਸਮਝੀਏ ਕਿ ਸਾਡੀ ਇਮਿਊਨਿਟੀ ਸਟਰੋਂਗ ਹੈ ਇਸ ਕਰਕੇ ਅਸੀਂ ਆਪਣੇ ਆਪ ਠੀਕ ਹੋ ਰਹੇ ਹਾਂ ਉਹਦੇ ਕਈ ਮਤਲਬ ਹੁੰਦੇ ਉਹਦੇ ਕਈ ਮਤਲਬ ਹੁੰਦੇ ਆ ਇੱਕ ਤਾਂ ਹੁੰਦਾ ਹੈ ਕਿ ਸਾਨੂੰ ਕੋਈ ਡਿਜ਼ੀਜ਼ ਨਹੀਂ ਸੀਗਾ ਪਹਿਲੇ ਅਸੀਂ ਫਿਟ ਸੀ ਸਾਨੂੰ ਇਸ ਤਰ੍ਹਾਂ ਡਾਇਬੀਟਿਸ ਨਹੀਂ ਸੀ ਹਾਈਪਰ ਟੈਨਸ਼ਨ ਨਹੀਂ ਸੀ ਕੋਈ ਕਿਡਨੀ ਦਾ ਰੋਗ ਨਹੀਂ ਸੀਗਾ ਕ੍ਰੋਨਿਕ ਬਿਮਾਰੀਆਂ ਨਹੀਂ ਸੀਗੀਆਂ ਅਸੀਂ ਹੈਲਦੀ ਸੀ ਤੇ ਉਸ ਬੰਦੇ ਨੂੰ ਹੈਲਦੀ ਜਣਾ ਬੰਦਾ ਹੈਗਾ ਉਹਦੇ ਇਹ ਤਾਂ ਹੈਲਥ ਹੈਲਦੀ ਹੋ ਗਈ ਇਮਿਊਨਿਟੀ ਆਪਣੇ ਬਣੇਗੀ ਤੇ ਉਹ ਜਿਹੜੇ ਬੰਦੇ ਹੈਗੇ ਆ ਤੇ ਉਹਨਾਂ ਵਿੱਚ ਕਰੋਨਾ ਆਂਦਾ ਹੈ ਤੇ ਨਿਕਲ ਜਾਂਦਾ ਹੈ ਉਹਨਾਂ ਨੂੰ ਇੱਕ ਛਿਕ ਨਹੀਂ ਆਂਦੀ ਜਾਂ ਆ ਗਏ ਤਾਂ ਇੱਕ ਦੋ ਦਿਨ ਮੜਾ ਜਾ ਬਸ ਖਾਂਸੀ ਜ਼ੁਕਾਮ ਹੋਇਆ ਖਤਮ ਉਨਾਂ ਨੂੰ ਤਕਰੀਫ਼ ਹੀ ਨਹੀਂ ਹੋਈ ਉਹ 14 ਡੇਜ਼ ਦੇ ਵਿੱਚ ਉਹਨਾਂ ਨੂੰ ਕੁਝ ਹੋਇਆ ਹੀ ਨਹੀਂ ਤੇ ਬੇਸਿਕਲੀ ਤਾਂ ਇਹ ਸਿਰਫ ਜਿਹੜੇ 10% ਜਾਂ 5% ਅਕਿਊਟ ਸੋਚੋਂ ਪੰਜ ਬੰਦਿਆਂ ਨੂੰ ਇਹ ਜ਼ਿਆਦਾ ਰੈਸਪੀਰੇਟਰੀ ਡਿਸਆਰਡਰ ਕਰਦਾ ਜਿੱਥੇ ਜੋ ਵੀ ਆਕਸੀਜਨ ਦੀ ਲੋੜ ਪੈਂਦੀ ਹੈ ਜਿਹੜੇ ਜਿਹੜੇ ਲੈ ਗਏ ਨੇ ਹੋਰ ਪੰਜ ਬੰਦੇ ਉਹ ਹਸਪੀਟਲ ਜਾਂਦੇ ਨੇ ਮਾੜਾ ਮੋਟਾ ਰੋ ਕੇ ਠੀਕ ਹੋ ਜਾਂਦੇ ਨੇ ਜਿਹੜੇ ਕ੍ਰਿਟੀਕਲ ਜਿਹੜੇ ਬੰਦੇ ਹੁੰਦੇ ਨੇ ਉਹ 5% ਹੈ ਉਹ 5% ਦੇ ਬੰਦੇ ਹੈਗੇ ਆ ਜੋ ਉਹਦੀ ਸਟੱਡੀ ਹੈਗੀ ਹੈ ਉਹਦੇ ਵਿੱਚ ਯੰਗ ਬੱਚੇ ਵੀ ਆਏ ਆ ਪਰ ਬਹੁਤ ਘੱਟ ਆਏ ਆ لیکن زیادہ آئے ہیں بندے تھوڑی بڑی عمر دے جنہاں نوں پرانیयां پرابلماں سی گیयां او اپنا خاص ਧਿਆਨ ਰੱਖਣਾ ਉਹਦਾ ਘਰੋਂ ਬਾਹਰ ਨਿਕਲਣਾ ਹੀ ਨਹੀਂ ਕਾਚ ਬੈਠੋ 아 ਤੋਂ ਦਿਨ ਮੈਨੇ ਕਰ ਬੈਣਾ ਬਾਤੋ ਵਿਲ ਨਹੀਂ ਆਪਾਂ ਜੇ ਦਿਨ వైరਸ ਦਾ ਥੱਲੇ ਆ ਜਾਏਗਾ ਅਸੀਂ ਫ੍ਰੀ ਐ ਆਪਾਂ ਉਹ ਇਨੀ ਉਮਰ ਐਸਾ ਰਹਿ ਲਈਏ ਤੇ ਇਹ ਦੇਖੋ ਇੱਕ ਚੀਜ਼ ਹੋ ਰਹੀ ਹੈ ਇਟਨੀ ਜਿਹੜੀ ਵੀ ਇਹ ਘਟਨਾ ਹੋ ਰਹੀ ਹੈ ਜੋ ਸਟ्रेस ਆ ਰਿਹਾ ਹੈ ਇਹ ਵਰਲਡ ਦੇ ਵਿੱਚ ਮਤਲਬ ਬਹੁਤ ਪਹਿਲੀ ਵਾਰੀ ਲਾਕਡਾਊਨ ਹੋਇਆ ਸਾਰੇ ਆਪਾਂ ਕਦੇ ਸੁਣਿਆ ਨਹੀਂ ਲਾਕਡਾਊਨ ਹੁੰਦਾ ਵੀ ਹੈ ਕਿਸੇ ਵੀ ਚੀਜ਼ ਦਾ ਹੁਣ ਲਾਕਡਾਊਨ ਹੋਣ ਦੇ ਬਾਅਦ ਸਾਡੇ ਜਿੰਨੇ ਵੀ ਸਾਡੀ ਲਗਜ਼ਰੀ ਸੀਗੀ ਘੁੰਮਣਾ ਫਿਰਨਾ ਖਾਣਾ ਪੀਣਾ ਇਹ ਉਹ ਸਭ ਖਤਮ। ਸ਼ਬਦ ਦਿਨ ਅਸੀਂ ਸੁਨੇਹਾ ਜੀ ਲਾਕਡਾਊਨ ਲਾਕ ਤੇ ਆਈਸੋਲੇਸ਼ਨ ਮਤਲਬ ਇੱਕ ਚੀਜ਼ ਹੋ ਕਮਾਂਗਾ ਇੱਥੇ ਅਪਾ ਹਿਸਟਰੀ ਇਨ ਮੇਕਿੰਗ ਹੈ। ਜੋ ਹਿਸਟਰੀ ਦਿਖੀ ਜਾਂਦੀ ਹੈ ਇਹ ਹਿਸਟਰੀ ਬਣਦੀ ਹੈ ਕਿ ਜਾ ਕੇ ਕਿ ਲਾਕਡਾਊਨ ਹੋਇਆ ਸੀਗਾ ਉੱਥੇ ਇਹਨਾਂ ਦਿਨ ਹੋਇਆ ਸੀ ਉੱਥੇ ਇਤਿਹਾਸ ਵਿੱਚ ਸਾਡਾ ਨਾਮ ਦਰਜ ਹੋਣਾ। ਹਾਂ ਬਿਲਕੁਲ 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 ਤੇ ਅਪਨ ਪੋਜ਼ਿਟਿਵ ਲਈਏ ਅਸੀਂ ਨੂੰ ਪੋਜ਼ਿਟਿਵ ਲਈਏ ਇਸ ਗੱਲ ਨੂੰ ਕਿ ਸਾਡਾ ਨਾਮ ਇਤਿਹਾਸ ਵਿੱਚ ਦਰਜ ਹੋਏਗਾ ਆਪਾਂ ਉਦੋਂ ਗੱਲ ਕੀਤੀ ਆ ਕਿ ਕੋਰੋਨਾ ਕਾਲ ਦੇਖਿਆ ਅਸੀਂ ਕੋਵਿਡ-19 ਦਾ ਪੋਜ਼ਿਟਿਵ ਅਸੀਂ ਕੋਰੋਨਾ ਦੇਖਿਆ ਸੀ ਬਚੇ ਉਸ ਤੋਂ ਬਾਅਦ ਹੈਨਾ ਤੇ ਇਹ ਚੀਜ਼ਾਂ ਜਿਹੜੀ ਹੈਗੀਆਂ ਆਪਾਂ ਇਸ ਤਰੀਕੇ ਨਾਲ ਦੇਖੀਏ ਹੁਣ ਡਰੀ ਜਾਈਏ ਵੀ ਕੋਰੋਨਾ ਉਹਨੂੰ ਹੋ ਗਿਆ ਉਹਨੂੰ ਹੋ ਗਿਆ ਉਹਨੂੰ ਹੋ ਗਿਆ ਤੇ ਮੈਨੂੰ ਵੀ ਹੋ ਗਿਆ ਤੇ ਐਸ ਤਰ੍ਹਾਂ ਦੀ ਗੱਲ ਬੰਦਾ ਤੇ ਇਹ ਤੁਸੀਂ ਪੋਜ਼ਿਟਿਵ ਹੋ ਕੇ ਰਹੋ ਤੇ ਤਾਈਂ ਅੱਗੇ ਬਚਾਂਗੇ ਆਪਾਂ ਫਿਰ ਹੋਰ ਬਿਮਾਰੀਆਂ ਤੁਸੀਂ ਸੇੜ ਲਓਗੇ ਜੇ ਤੁਸੀਂ ਡਰਦੇ ਰਹੇ ਜੇ ਟੈਨਸ਼ਨ ਲੈਂਦੇ ਰਹੇ ਤੁਸੀਂ ਫਿਰ ਕੋਸ਼ਿਸ਼ ਲੋ ਟੈਨਸ਼ਨ ਨਾ ਲੋ ਡਾਕਟਰ ਸੰਤੋਖ ਸਿੰਘ ਇਕ ਸਾਲ ਸਰ ਹੋਰ ਕਰਨਾ ਬੰਦ ਅ ਅਮਰੀਕਾ ਜਿਵੇਂ ਹੁਣ ਪਹਿਲੇ ਨੰਬਰ ਤੇ ਖੜਾ ਹੈ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਟੈਸਟਿੰਗ ਹੋਈ ਹੈ ਜੋ ਉਥੋਂ ਦੇ ਪ੍ਰਸ਼ਾਸਨ ਨੇ ਫੈਸਲੇ ਕੀਤੇ ਅ ਭਾਰਤ ਨੇ ਜਿਸ ਤਰੀਕੇ ਨਾਲ ਲੋਕਡਾਊਨ ਕੀਤਾ ਹੁਣ ਰੂਸ ਤੇ ਬ੍ਰਾਜ਼ੀਲ ਸਾਡੇ ਤੋਂ ਅੱਗੇ ਖੜੇ ਆ ਵੈਸੇ ਕੋਈ ਕ੍ਰਿਕਟ ਮੈਚ ਤਾਂ ਹੈ ਨਹੀਂਗਾ ਆਸਿਆ ਇਹ ਇਹ ਇਨ੍ਹਾਂ ਡਾਟਸ ਦੀ ਗੱਲ ਕਰੀਏ ਪਰ ਸਵਾਲ ਇਹ ਹੈਗਾ ਕਿ ਜਦੋਂ ਅਨਲੌਕ 1 ਇੱਥੇ ਸ਼ੁਰੂ ਕੀਤਾ ਜਾਂਦਾ ਭਾਰਤ ਦੇ ਵਿੱਚ ਤਕਰੀਬਨ 10000 ਮਾਮਲੇ ਤੁਸੀਂ ਦੱਸ ਰਹੇ ਹੋ ਉਦੋਂ 5000 ਸ਼ੁਰੂ ਹੋਏ ਸੀ 150 ਮੋਤਾ ਫਿਰ 300 ਫਿਰ ਅਸੀਂ 400 ਦੇ ਨੇੜੇ ਵੀ ਪਹੁੰਚ ਚੁੱਕੇ ਹਾਂ ਫਿਰ ਸਰਕਾਰਾਂ ਕੋਲੇ ਹੋਰ ਹੱਲ ਕੀ ਹੈ ਸਰਕਾਰ ਨੂੰ ਅਸੀਂ ਸਿਕਿਉਰਟਾਈਜ਼ ਕਰੀਏ ਸਰ ਨਹੀਂ ਸਰਕਾਰਾਂ ਨੂੰ ਮੇਰੀ ਗੱਲ ਤਾਂ ਮੇਰਾ ਮਤਲਬ ਤਾਂ ਇਹ ਹੀ ਹੈ ਕਿ ਸਰਕਾਰਾਂ ਕੋਲ ਸ਼ਾਇਦ ਉਹ ਪ੍ਰਪੇਅਰ ਨਹੀਂ ਸੀ ਉਹਨਾਂ ਦੇ ਦਿਮਾਗ 'ਚ ਇਹ ਨਹੀਂ ਸੀਗਾ ਕਿ ਅਸੀਂ ਹੈਲਥ ਹੈਲਥ ਡਿਪਾਰਟਮੈਂਟ ਤੇ ਐਜੂਕੇਸ਼ਨ ਡਿਪਾਰਟਮੈਂਟ ਤੇ ਪਬਲਿਕ ਦੀ ਹੈਲਥ ਕੇਅਰ ਇੰਸ਼ੋਰੈਂਸ ਡਿਪਾਰਟਮੈਂਟ ਤੇ ਜ਼ੋਰ ਪਾ ਦੇ ਉਹਨਾਂ ਨੇ ਕਿਤੇ ਜ਼ੋਰ ਮੇਰੇ ਸਾਹਮਣੇ ਇਹਨਾਂ ਨਹੀਂ ਪਾਇਆ ਸਾਰਾ ਜ਼ੋਰ ਪਾਇਆ ਉਹਨਾਂ ਨੇ ਡਿਫੈਂਸ ਦੇ ਉੱਤੇ ਠੀਕ ਹੈ ਐਂਡ ਇੰਟਰਨਲ ਪੋਲਿਟਿਕਸ ਦੇ ਉੱਤੇ ਤੇ ਅਗਰ ਹੁਣ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਇਹ ਸੋਚਦੀ ਹੈ ਪਾਕਿਸਤਾਨ ਤੋਂ ਲੜਾਈ ਹੋਏਗੀ ਉਹ ਮਿਜ਼ਾਈਲ ਮਾਰੇਗਾ ਜਾਂ ਜਾਜ ਭੇਜੇਗਾ ਮਤਲਬ ਕਿਸੇ ਵੀ ਦੇਸ਼ ਨਾਲ ਜਾਂ ਕਿਸੇ ਵੀ ਬਿਮਾਰੀ ਦੇ ਨਾਲ ਨਿਜਨਾ ਹੋਵੇ ਤੇ ਉੱਥੇ ਸਾਨੂੰ ਡਾਕਟਰ ਦੀ ਅੱਛੀ ਡਿਮਾਂਡ ਚਾਹੀਦੀ ਹੈ ਡਾਕਟਰਸ ਦੇ ਕਾਲਜ ਵਧਾਇਆ ਜਾਂ ਡਾਕਟਰਸ ਦੀ ਫੀਸਾਂ ਕੱਟ ਦਿੱਤੀ ਜਾਂ ਡਾਕਟਰਾਂ ਨੂੰ ਪ੍ਰਮੋਟ ਕੀਤਾ ਜਾਵੇ ਮੈਂ ਕਹਿੰਦਾ ਇੱਕ ਇੱਕ ਨਾ ਝੁੱਗੀ ਬਸਤੀ ਚੋਂ ਵੀ ਟੌਪ ਟੌਪ ਦੇ ਡਾਕਟਰ ਬੈਠੇ ਆ ਫੈਸਿਲਿਟੀਆਂ ਨਹੀਂ ਆ ਗਈਆਂ ਇੰਡੀਆ ਦੇ ਵਿੱਚ ਮੇਨ ਚੀਜ਼ ਤਾਂ ਹੈ ਉਹਨਾਂ ਨੇ ਅਸੀਂ ਹੁਣ ਸ਼ੁਰੂ ਕੀਤਾ ਹੈ ਕਿ 10ਵੀਂ ਪੜਾਈ ਪੜਾਣੀ ਸ਼ੁਰੂ ਕੀਤੀ ਹੈ ਬਟ ਮੈਂ ਮੈਨੂੰ ਪਤਾ ਹੈ ਕਿ ਜਾਂ ਤੱਕ ਬਹੁਤ ਕਲੀ ਬੱਚਿਆਂ ਕੋ ਬਹੁਤ ਕਲੀ ਬਰ ਹੈ ਇੱਕ ਗਰੀਬ ਘਰ ਦਾ ਬੱਚਾ ਹੈ ਇੱਕ ਅਮੀਰ ਘਰ ਦਾ ਬੱਚਾ ਕੋਈ ਫਰਕ ਨਹੀਂ ਹੁੰਦਾ ਫੈਸਿਲਿਟੀਆਂ ਦਾ ਫਰਕ ਹੈ ਸਿਰਫ ਤੇ ਉਹ ਜਿਹੜੀ ਚੀਜ਼ ਹੈਗੀ ਨਾ ਬੇਸਿਕ ਐਜੂਕੇਸ਼ਨ ਅਗਰ ਇੰਡੀਆ ਦੇ ਵਿੱਚ 10ਵੀਂ ਕਲਾਸ ਤੱਕ ਗਵਰਨਮੈਂਟ ਹੈਲਪ ਕਰੇ ਸਾਰਿਆਂ ਨੂੰ ਮਤਲਬ ਘੱਟ ਤੋਂ ਘੱਟ ਪੈਸੇ ਨਾਲ ਪੜਾਵੇ ਡਾਕਟਰ ਕੈਮੇ ਨਹੀਂ ਬਣਨਗੇ ਇੱਥੇ ਤੇ ਗਵਰਨਮੈਂਟ ਨੂੰ ਹੁਣ ਇਹ ਚਾਹੀਦਾ ਹੈ ਕਿ ਇਹ ਧਿਆਨ ਰੱਖਣ ਕਿ ਲ ਆਰਮੀ ਨਾਲ ਨਹੀਂ ਹੋ ਸਕਦੀ ਕਦੇ-ਕਦੀ ਡਾਕਟਰ ਨਾਲ ਵੀ ਹੋ ਸਕਦੀ ਹੈ ਤੇ ਇਹ ਇਹ ਪ੍ਰਿਪੇਅਰ ਨਹੀਂ ਸੀ ਹੁਣ ਜਿਹੜਾ ਲਾਕਡਾਊਨ 2 ਕਰ ਰਹੇ ਆ ਲਾਕਡਾਊਨ ਜਿਹੜਾ ਹੁਣ ਅਨਲਾਕਡਾਊਨ 2 ਕਰ ਰਹੇ ਆ ਜਿਹੜਾ ਬੰਦ ਕਰ ਰਹੇ ਆ ਸੌਰੀ ਉਹ ਕੀਤਾ ਇਹ ਨਾਲ ਕੇਸ ਵਧ ਗਏ ਸੀ ਉਹ ਜਸਟੀਫਾਈ ਨਹੀਂ ਕਰ ਪਾਰੇ ਜਸਟੀਫਾਈ ਕਰ ਬਣ ਗਏ ਹੋ ਚਾਰੇ ਡਾਟਾ ਸਾਹਮਣੇ ਸਾਡੇ ਜਸਟੀਫਾਈ ਤੁਸੀਂ ਕੋਈ ਸਿੰਪਲ ਇਤਲਾ ਮੈਥੋਡਿਕਲ ਕੁਸ਼ਨ ਲਗਾ ਕੇ ਕੇਸ ਵੱਧ ਗਏ ਤੇ ਤੁਸੀਂ ਉਹਨੂੰ ਅਨਲੌਕਡਾਊਨ ਕਰ ਰਹੇ ਹੋ ਤੇ ਉਹ ਦੈਟ ਇਸ ਗੋ ਨਹੀਂ ਹੈਗਾ ਹਾਂ ਇੱਕ ਛੋਟਾ ਯਾ ਹੋਰ ਬ੍ਰੇਕ ਲਵਾ ਕੇ ਜਵਾਬ ਅਸੀਂ ਜ਼ਰੂਰ ਲਵਾਂਗੇ ਜਵਾਬ ਅਸੀਂ ਲਵਣੇ ਹੈਗੇ ਆ ਜਵਾਬ ਲਵਣਾਸਤੇ ਅਸੀਂ ਬੈਠੇ ਆ ਤੁਹਾਡੇ ਸਵਾਲਾਂ ਦਾ ਇੰਤਜ਼ਾਰ ਹੈ ਬ੍ਰੇਕ ਤੋਂ ਬਾਅਦ ਤੁਹਾਡੇ ਕਾਲਸ ਵੀ ਲਵਾਂਗਾ ਕੁੱਲ ਮਿਲਾ ਕੇ ਹੈਲਥ ਐਜੂਕੇਸ਼ਨ ਸਪੋਰਟਸ ਜੀ ਸਾਡੀ ਪ੍ਰਾਇਓਰਟੀ ਹੁੰਦੀ ਤਾਂ ਸ਼ਾਇਦ ਸਾਨੂੰ ਇਹਨਾ ਸੋਚਣਾ ਪੈਂਦਾ ਸ਼ਾਇਦ ਸਾਨੂੰ ਇਨੇ ਜਵਾਬ ਨਾ ਦੇਣੇ ਪੈਂਦੇ ਪਰ ਸਵਾਲ ਤਾਂ ਪੁੱਛਾਂਗੇ ਅੱਜ ਦਾ ਮੁੱਦਾ ਇਹ ਹੀ ਹੈ ਸਵਾਲ ਅਸੀਂ ਪੁੱਛਨੇ ਆ ਕਰੋਨਾ ਦੇ ਪਾਤ ਰਿਕਵਰੀ ਰੇਟ ਕੀ ਹੈ ਉਸ ਦੀ ਗੱਲ ਹੋਵੇਗੀ ਬ੍ਰੇਕ ਤੋਂ ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਕਰੋਨਾ ਵਿਰੁੱਧ ਕਿਹੜੀ ਲੜਾਈ ਬਾਕੀ ਅੱਜ ਦਾ ਮੁੱਦਾ ਵਿੱਚ ਅਸੀਂ ਇਹ ਟੌਪਿਕ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਡਾਕਟਰ ਸੰਤੋਖ ਸਰਨਰ ਮੌਜੂਦ ਹੈ ਕੀ ਹੈ ਤੁਹਾਡੇ ਫੋਨ ਕਾਲਸ ਵੀ ਲਗਾਤਾਰ ਆ ਰਹੀਆਂ ਬ੍ਰੇਕ ਵਿੱਚ ਵੀ ਆ ਰਹੀਆਂ ਸੀਗੀਆਂ ਡਾਕਟਰ ਸਾਹਿਬੇ ਕਾਲ ਲਈ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਟੀਵੀ ਮੈਂ ਕੈਲੀਫੋਰਨੀਆ ਤੋਂ ਬੋਲਦਾ ਹਾਂ ਹਾਂਜੀ ਹਾਂਜੀ ਕੀ ਨਾਮ ਸਰ ਤੁਹਾਡਾ ਮੇਰਾ ਨਾਮ ਹਰਜੀਪ ਸਿੰਘ ਹੈ ਹਾਂਜੀ ਹਾਂਜੀ ਹਰਜੀਪ ਸਿੰਘ ਜੀ ਸਵਾਲ ਕਰੋ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਇੱਕ ਮੇਰੀ ਵਾਈਫ ਨੂੰ ਕੋਈ 2.5 ਮਹੀਨੇ ਪਹਿਲਾਂ ਜਿਸ ਤਰ੍ਹਾਂ ਬੁਖਾਰ ਹੋਇਆ ਤੇ ਸਿਰ ਦੁਖਿਆ ਤੇ ਉਹ ਜਿੱਦਾਂ ਡਰਦਿਆਂ ਨੇ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਸੀ ਕਰੇ ਹੈਲੋ ਹਾਂਜੀ ਹਾਂਜੀ ਸਰ ਸੁਣ ਰਹੇ ਸੋ ਤੁਹਾਡਾ ਸਵਾਲ ਸੁਣ ਰਹੇ ਹਾਂ ਹਾਂ ਤੇ ਕੁਆਰੰਟਾਈਨ ਕਰ ਦਿੱਤਾ ਤੇ ਉਹ ਉਹ ਤਕਰੀਬਨ 2 ਹਫ਼ਤੇ ਰਹੇ ਵਿੱਚ ਉਸ ਤੋਂ ਬਾਅਦ ਉਹ ਬੁਖਾਰ ਤਾਂ ਉਹਦੇ ਦੂਸਰੇ ਤੀਸਰੇ ਦਿਨ ਹੀ ਉੱਤਰ ਗਿਆ ਸੀ ਕੋਈ ਇਲਾਜ ਨਹੀਂ ਅਸੀਂ ਕਰਾਇਆ ਠੀਕ ਠਾਕ ਹੈ ਉਹ ਇਹ ਕਿਨੇ ਆਟੋਵਾਟਰ ਦੀ ਨੀਂਦ ਘੱਟਦੀ ਕਰਦੀ ਹੁਣ ਅੱਜ ਕੱਲ੍ਹ ਇਹ ਪ੍ਰੋਬਲਮ ਆ ਕਿ ਨੀਂਦ ਨਹੀਂ ਆਉਂਦੀ ਰਾਤ ਨੂੰ ਨੀਂਦ ਦੀ ਗੋਲੀ ਖਾਣਾ ਨਹੀਂ ਚਾਹੁੰਦੇ ਬਹੁਤ ਲਗਾਤਾਰ ਤੇ ਉਹ ਕੀ ਕੀਤਾ ਜਾਵੇ ਉਮਰ ਦੱਸ ਸਕਦੇ ਹੋ ਉਹਨਾਂ ਦੀ ਕਿੰਨੀ ਹੈ ਹਾਂਜੀ ਉਮਰ ਉਹਨਾਂ ਦੀ ਹੈਗੀ ਤਕਰੀਬਨ 72-73 ਸਾਲ ਹਾਂਜੀ ਜੀ ਸਰ ਦੇਖੋ ਉਹਦਾ 33 ਸਾਲ ਉਮਰ ਹੈਗੀ ਹੈ ਉਹ ਕੁਝ ਮੈਨੂੰ ਲੱਗਦਾ ਡਰੇ ਹੋਏ ਹਨ ਬੁਖਾਰ ਤੋਂ ਤੇ ਅਦਰ ਗੋਲੀ ਖਾਣ ਦੀ ਲੋੜ ਹੀ ਨਹੀਂ ਹੈਗੀ ਆਪਾਂ ਬੈਸਟ ਹੈਗਾ ਕਿ ਸੌਣ ਤੋਂ ਪਹਿਲੇ ਸੋਣ ਤੋਂ ਅੱਧਾ ਘੰਟਾ ਪਹਿਲੇ ਕੋਈ ਐਸਾ ਕੰਮ ਕਰੀਏ ਸਾਡਾ ਜਦ ਨਾਲ ਦਿਮਾਗ ਸ਼ਾਂਤ ਹੋਵੇ ਜਦ ਤੱਕ ਦਿਮਾਗ ਸ਼ਾਂਤ ਨਹੀਂ ਹੋਏਗਾ ਨੀਂਦ ਨਹੀਂ ਆਏਗੀ ਸਰੀਰ ਨੂੰ ਆਪਾਂ ਬਾਚੋ ਦੇਖਣਾ ਹੈ ਨੀਂਦ ਵਾਸਤੇ ਦਿਮਾਗ ਚਾਹੀਦਾ ਹੈ ਅਗਰ ਦਿਮਾਗ ਵਿੱਚ ਸਵਾਲ ਚੱਲਦੇ ਜਾਣਗੇ ਡਰ ਦੇ ਮਾਹੌਲ ਚ ਚੱਲਦੇ ਜਾਓਗੇ ਤੁਸੀਂ ਤੇ ਨੀਂਦ ਨਹੀਂ ਆ ਸਕਦੀ ਜਦ ਤੱਕ ਦਿਮਾਗ ਨੂੰ ਸ਼ਾਂਤ ਕਰਨਾ ਹੈ ਹੁਣ ਸ਼ਾਂਤ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਦੋ ਤਿੰਨ ਤਰੀਕੇ ਹੈਗੇ ਆ ਤੁਹਾਡੀ ਕੋਈ ਹੌਬੀ ਹੈ ਲਿਸਨਿੰਗ ਦੀ ਸੁਣਨ ਦੀ ਗਾਣ ਦੀ ਜਾਂ ਕੁਝ ਸਟੱਡੀ ਕਰਨ ਦੀ ਜਾਂ ਰੱਬ ਦਾ ਨਾਮ ਲੈਣ ਦੀ ਹੈ ਨਾ ਕੋਈ ਲਿਟ ਨੇਮ ਕਰ ਲੋ ਤੇ ਮਨ ਨੂੰ ਸ਼ਾਂਤ ਰੱਖੋ ਮੋਟੀਵੇਟਿਡ ਰਹੋ ਮੋਟੀਵੇਟਿਡ ਰਹੋ ਹਾਂਜੀ ਹਾਂਜੀ ਬੋਲੋ ਕੀ ਬੋਲ ਰਹੇ ਹੋ ਕੋਸ਼ਿਸ਼ ਤਾਂ ਬੜਾ ਕਰਦੇ ਆ ਜਿੱਦਾਂ ਪਾਠ ਕਰਨ ਦਾ ਵੀ ਸਿਮਰਨ ਕਰਨ ਦਾ ਵੀ ਸਭ ਕਰਦੇ ਹੋ ਰਾਤ ਨੂੰ ਜੇ ਗੋਲੀ ਖਾਂਦੇ ਆ ਤੇ ਕਿਤੇ ਨਹੀਂ ਦੌਂਦੀ ਆ ਹਾਂ ਹਾਂ ਤੇ ਨਹੀਂ ਤਾਂ ਬਸ ਦੇਖੋ ਇਸ ਤਰ੍ਹਾਂ ਹੈ ਕਿ ਜਦ ਫਿਰ ਪਰੇਸ਼ਾਨ ਰਹਿੰਦੇ ਹੋ ਜਦ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਕੁਝ ਹੋਰ ਨਹੀਂ ਸੋਚਣਾ ਦੈਟ ਇਜ਼ ਮੈਡੀਟੇਸ਼ਨ ਅਗਰ ਅਸੀਂ ਪਾਠ ਕਰਦੇ ਹੋਏ ਸਿਮਰਨ ਕਰਦੇ ਹੋਏ ਥੋੜਾ ਧਿਆਨ ਦਰਚੀ ਰਹੇਗਾ ਹੈਨਾ ਤੇ ਉਹ ਫਿਰ ਗੱਲ ਨਹੀਂ ਬਣਦੀ ਮੇਰੇ ਸਾਥ ਦੇ ਨਾਲ ਨੀਂਦ ਜਿਹੜੀ ਹੈਗੀ ਹੈ ਦਿਮਾਗ ਨੂੰ ਰੈਸਟ ਚਾਹੀਦਾ ਹੈ ਆਟੋਮੈਟਿਕ ਆਏਗੀ ਤੇ ਬਾਕੀ ਤਾਂ ਮੈਂ ਇੱਕ ਚੀਜ਼ ਦੱਸ ਦਿੰਦਾ ਹਾਂ ਥੋੜਾ ਦੇ ਦਿੰਦਾ ਕਿ ਜਿਹੜਾ ਦੁੱਧ ਹੁੰਦਾ ਨਾ ਮਿਲਕ ਦੁੱਧ ਦੇ ਵਿੱਚ ਇੱਕ ਅਮਾਈਨੋ ਐਸਿਡ ਹੁੰਦਾ ਹੈ ਟ੍ਰਿਪਟੋਫੈਨ ਟ੍ਰਿਪਟੋਫੈਨ ਉਹ ਨੀਂਦ ਲੈ ਕੇ ਆਉਂਦਾ ਟ੍ਰਿਪਟੋਫੈਨ ਟ੍ਰਿਪਟੋਫੈਨ ਉਹ ਨੀਂਦ ਲੈ ਕੇ ਆਉਂਦਾ ਤੇ ਰਾਤ ਨੂੰ ਹਾਂ ਰਾਤ ਨੂੰ ਸੌਣ ਤੋਂ ਪਹਿਲੇ ਦੁੱਧ ਥੋੜਾ ਜਿਹਾ ਕੋਸਾ ਜਿਹਾ ਕਰਕੇ ਦੁੱਧ ਵਿੱਚ ਹੀ ਹੁੰਦਾ ਹਰਦੀਪ ਸਿੰਘ ਜੀ ਦੁੱਧ ਦੇ ਵਿੱਚ ਹੀ ਹੁੰਦਾ ਹੈ ਅਲੱਗ ਨਹੀਂ ਹੈ ਦੁੱਧ ਦੇ ਵਿੱਚ ਹੁੰਦਾ ਹੈ ਤੁਸੀਂ ਹਲਦੀ ਪਾ ਕੇ ਧੋ ਚੰਗੀ ਤਰ੍ਹਾਂ ਤੇ ਦੁੱਧ ਲੈ ਹੈਗਾ ਨੀਂਦ ਲੈ ਕੇ ਆਂਦਾ ਹੈ ਠੀਕ ਹੈ ਜੀ ਹਾਂਜੀ ਦੁੱਧ ਹਾਂਜੀ ਨੀਂਦ ਆਉਂਦੀ ਤਾਂ ਪੀ ਕੇ ਆਪਾਂ ਦੁੱਧ ਪੀ ਕੇ ਨੀਂਦ ਆਉਂਦੀ ਹੈ ਤੇ ਦੁੱਧ ਦਾ ਸੇਵਨ ਹਾਂ ਹਾਂ ਦੁੱਧ ਪੀ ਕੇ ਉ ਤਾਂ ਹੀ ਆਉਂਦੀ ਹੈ ਹੁੰਦਾ ਨਾ ਇਹ ਚੀਜ਼ ਇਹ ਤੇ ਤੁਸੀਂ ਰਾਤ ਨੂੰ ਦੁੱਧ ਪਲਾ ਕੇ ਕੋਸਾ ਜਿਹਾ ਕਰਕੇ ਇੱਕ ਪੂਰਾ ਵੱਡਾ ਗਲਾਸ ਤੇ ਹਲਦੀ ਥੋੜੀ ਪਾ ਸਕਦੇ ਹੋ ਤੇ ਇੱਕ ਚੀਜ਼ ਕਰਕੇ ਬਾਕੀ ਸਿਮਰਨ ਧਿਆਨ ਦੇ ਨਾਲ ਕਰਾਓ ਮੈਂ ਇਹਨੂੰ ਬੋਲੋ ਕਿ ਡਰਨਾ ਨਹੀਂ ਹੈ ਸਿਮਰਨ ਨਾਲ ਕਰਨਾ ਹੈ ਨਾ ਦਿਮਾਗ ਫਰੈਸ਼ ਹੋਣਾ ਚਾਹੀਦਾ ਹੈ ਚਲੋ ਨੀਂਦ ਆਪਣੇ ਆਪ ਆ ਜਾਵੇ ਚਲੋ ਬਹੁਤ ਬਹੁਤ ਧੰਨਵਾਦ ਹੈਰਦੀਪ ਜੀ ਤੁਹਾਡਾ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ ਅ ਬੜਾ ਤੁਸੀਂ ਇਹਨਾਂ ਦਾ ਵਿਸਤਾਰ ਸਹਿਤ ਜਵਾਬ ਦਿੱਤਾ ਡਾਕਟਰ ਦੋਸ ਜੀ ਚਲੋ ਚੰਗੀ ਗੱਲ ਹੈ ਤੁਸੀਂ ਦੋਦੀ ਗੱਲ ਕੀਤੀ ਨਹੀਂ ਤੇ ਸਾਰੇ ਸ਼ਰਾਬ ਦੀ ਗੱਲ ਕਰ ਰਹੇ ਹੋ ਮੈਨੂੰ ਤਾਂ ਚੰਗਾ ਲੱਗਾ ਦੋਦੀ ਗੱਲ ਹੋ ਰਹੀ ਹੈ ਇਹ ਦੇਖੋ ਨਹੀਂ ਇਹ ਦੇਖੋ ਇੱਕ ਫੈਕਟਰ ਵੀ ਦੇਖੋ ਕਦੀ ਸ਼ਰਾਬ ਨਾਲ ਨੀਂਦ ਹੁੰਦੀ ਹੈ ਨਹੀਂ ਮੈਂ ਬੈਕ ਚੀਜ਼ ਅੱਖਾਂ ਬੰਦ ਹੁੰਦੀ ਹੈ ਦੁੱਧ ਦੇ ਵਿੱਚ ਟ੍ਰिप्टੋਫੈਨ ਹੁੰਦਾ ਹੈ ਜੋ ਅੱਖਾਂ ਬੰਦ ਕਰਦਾ ਹੈ ਦੁੱਧ ਰਾਤੀ ਪੀਂਦੇ ਨੀਂਦ ਆਉਂਦੀ ਹੈ ਬਾਕੀ ਸ਼ਰਾਬ ਦੇ ਨਾਲ ਤਾਂ ਤੁਹਾਡਾ ਦਿਮਾਗ ਸੁਣ ਨਹੀਂ ਹੋ ਜਾਂਦਾ ਉਹ ਵੀ ਉਹ ਤਾਂ ਨਸ਼ਾ ਹੋ ਗਿਆ ਨਾ ਭਾਈ ਨਸ਼ਾ ਲੋ ਜਿਹੜੇ ਰੱਬ ਨੇ ਬਣਾਇਆ ਹੈ ਮੈਨੋ ਐਸਿਡ ਅਗਰ ਜਿਹੜੇ ਸਾਇੰਸ ਦੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਪਤਾ ਹੈ ਰੱਬ ਨੇ ਦੋ ਚੀਜ਼ਾਂ ਬਣਾਈਆਂ ਇੱਕ ਹੈਗੀ ਹੈ ਮੈਲਟੋਨਿਨ ਜੋ ਦਿਮਾਗ ਤੋਂ ਨਿਕਲਦੀ ਹੈ ਪਿਨਿਅਲ ਗਲੈਂਡ ਤੋਂ ਉਹ ਕਦ ਨਿਕਲਦੀ ਹੈ ਮੇਰਾ ਦੇਖ ਕੇ दिन नहीं निकलेगी रात को निकल रही है ऑटोमेटिक नंबर दो इस मिल्क आ, बड़े चंकी गल हाँ आ, आपने सोचे बनाई है नहीं समझ आ रही थी नेरे नींदे ना ग्लैंड है टूटे है तो नाम है पीनियल पी आई एन ई एल पीनियल ग्लैंड है तो काम ही नींद लगे आना है और रब ने लाया पुरजा सिर से लेकिन जो अहरों खा सकते हैं वो ओनली मिल्क है ਟ੍ਰिप्टੋਫੈਨ ਇਸ ਫਾਊਂਡ ਓਨਲੀ ਇਨ ਮਿਲਕ ਪਾਣ ਦੀ ਲੋੜ ਨਹੀਂ ਹੈ ਇਹ ਦਵਾਈ ਵੀ ਮਿਲਦੀ ਹੈ ਲੱਗ ਤੋਂ ਟ੍ਰिप्टੋਫੈਨ ਉਹ ਪਾਣ ਦੀ ਲੋੜ ਨਹੀਂ ਦੁੱਧ ਚ ਹੁੰਦਾ ਹੈ ਨੇਚਰਲ ਖਾਓ ਚਲੋ ਕੁਦਰਤੀ ਚੀਜ਼ ਤੁਹਾਡੇ ਕੋਲੇ ਹੈਗੀਆਂ ਉਹਨਾਂ ਨੂੰ ਤੁਸੀਂ ਉਹਨਾਂ ਦੀ ਵਰਤੋਂ ਕਰੋ ਡਾਕਟਰ ਸਾਹਿਬ ਇੱਕ ਬਹਿ ਸਵਾਲ ਛੱਡ ਕੇ ਗਿਆ ਸੀ ਹੈ ਕੋਰੋਨਾ ਦੇ ਪਾਰ ਦਾ ਰਿਕਵਰੀ ਰੇਟ ਹੈ ਮੇਰੇ ਕੋਲ ਸਾਰਾ ਡਾਟਾ ਵੀ ਪਿਆ ਹੈ ਜੋ ਲਾਕਡਾਊਨ ਵਨ ਹੋਇਆ ਉਦੋਂ 7.10 ਸੀ ਸਾਡਾ ਰਿਕਵਰੀ ਰੇਟ ਹੁਣ ਅਨਲੌਕ 1 12 ਜੂਨ ਤੱਕ ਮੇਰੇ ਕੋਲੇ ਹੈ 49.27% ਜਿਸਸ ਨਾਲ ਤੁਸੀਂ ਦੱਸਦੇ ਹੋ ਕਿ ਮਰਟੇਟ ਰੇਟ ਜਿਹੜਾ ਜ਼ਿਆਦਾ ਨਹੀਂ ਹੋਊਗਾ ਇਹਦਾ ਕਰੋਨਾ ਦਾ ਇਹ ਇਹ ਰਿਕਵਰੀ ਰੇਟ ਇਹ ਦੱਸਣ ਲਈ ਕਾਫੀ ਹੈ ਕਿ ਅਸੀਂ ਠੀਕ ਦਿਸ਼ਾ ਵੱਲ ਵਧ ਰਹੇ ਹਾਂ ਜਾਂ ਹਜੇ ਰਿਕਵਰੀ ਰੇਟ ਦੇ ਵਿੱਚ ਹੋਰ ਸਾਨੂੰ ਵੇਟ ਕਰਨੀ ਪਊਗੀ ਅਗਸਤ ਸਤੰਬਰ ਤੱਕ ਦੀ ਜਦੋਂ 90 ਦੀ ਲਾਈਨ ਵਿੱਚ ਆ ਜੂਗਾ ਨਹੀਂ ਕਰੈਕਸ਼ਨ ਹੋਏਗੀ ਹਾਂ ਕਰੈਕਸ਼ਨ ਹੋਏਗੀ ਕਿਉਂਕਿ ਹਾਲੇ ਤਾਂ ਇਸ਼ਾਰਾ ਠੀਕ ਹੈ ਜਿਹੜਾ ਇਸ਼ਾਰਾ ਹੈ ਇਸ਼ਾਰਾ ਆਪਾਂ ਹੁਣ ਜੋ ਆ ਰਿਹਾ ਤਾਂ ਮੰਨ ਲੈ ਪੇਗਾ ਸਾਨੂੰ ਪਰ ਇਹਦੇ ਵਿੱਚ ਕਈ ਚੀਜ਼ਾਂ ਤੁਹਾਨੂੰ ਸਮਝਾਉਣ ਦਾ ਤੌਰ 'ਤੇ ਕਿ ਇਹ ਟੈਸਟਿੰਗ ਐਂਡ ਆਲ ਦੈਟ ਜੋ ਵੀ ਹੈ ਇੱਕ ਥੋੜਾ ਜਿਆਦਾ ਹਾਲੇ ਡੈਫਿਸਿਟ ਹੈਗਾ ਤੇ ਜਿਹੜਾ ਆਪਣਾ ਅੱਗੇ ਬਤਾਵਾਂਗੇ ਤੇ ਇਹ ਕੰਪਲੀਟ ਇਹਦੀ ਫਿਗਰ ਆਏਗੀ ਤੇ ਇਹਦਾ ਜਿਹੜੀ ਹੈਗੀ ਹੈ ਡੈਥ ਰੇਟ ਜਿਹੜਾ ਹੈਗਾ ਦੇਖੋ ਡੈਥ ਰੇਟ ਤਾਂ ਹੁਣ ਮਤਲਬ ਸਭ ਚੀਜ਼ਾਂ ਦਾ 2 ਤੋਂ 3% ਜਾਂ 4% ਠੀਕ ਹੈ ਨਾ ਇਹ ਹਲੇ ਪੂਰੀ ਫਿਗਰ ਆਏਗੀ ਤਦ ਰੱਗਿਆ ਕਿ ਕੀ ਕੀਤਾ ਹੈ ਇੰਡੀਆ ਨੇ ਇਹ ਤਾਂ ਹੁਣ ਵਕਤ ਹੀ ਦੱਸੇਗਾ ਤੇ ਫਿਲਹਾਲ ਤਾਂ ਆਪਾਂ ਇਸ ਤੇ ਕਮੈਂਟ ਨਹੀਂ ਕਰੀਏ ਕਿਉਂਕਿ ਹਲੇ ਕੁਝ ਨਹੀਂ ਬਤਾ ਕਿ ਇਨਾਂ ਦੇ ਕਿੰਨੇ ਕੇਸ ਹੈਗੇ ਨੇ ਕਿੰਨੇ ਨਹੀਂ ਨੇ ਜਾਨੀ ਕਿ ਰਿਕਵਰੀ ਰੇਟ ਤੇ ਨਾਸਨ ਅਫਸੋਸ ਜਿੰਨ ਜਿਤੋਂ ਦੀ ਜ਼ਰੂਰਤ ਹੈ ਫਿਲਹਾਲ ਤੇ ਨਾ ਖੁਸ਼ ਹੁੰਦੀ ਜ਼ਰੂਰਤ ਹੈ ਨਿਊਟਰਲ ਰੋ ਇਹ ਹਾਲੇ ਪੂਰੀ ਫਿਲਮ ਦੇਖੋ ਉਸ ਤੋਂ ਬਾਅਦ ਤਾਂ ਲੱਗੇਗਾ ਫਿਲਮ ਵੈਸੇ ਠੀਕ ਨਹੀਂ ਹੈ ਜੋ ਹੋ ਰਹੀ ਹੈ ਜੋ ਕੁਦਰਤ ਨੇ ਕੀਤੀ ਹੈ ਜਾਂ ਕਿਸੇ ਇਨਸਾਨ ਨੇ ਕੀਤੀ ਹੈ ਇਹ ਬਹੁਤ ਗਲਤ ਹੈਗੀ ਜੋ ਚੀਜ਼ ਹੋਈ ਹੈ ਤੇ ਸਾਰੇ ਦੇਖੋ ਦੁਨੀਆ ਵਾਲੇ ਕਿਹੜੇ ਕਰਦੇ ਨੇ ਇਹ ਕੁਦਰਤੀ ਤਾਂ ਨਹੀਂ ਹੋ ਸਕਦਾ ਹਾਂ ਮੈਨੂੰ ਵੀ ਲੱਗਦਾ ਤਾਂ ਇਹ ਮੈਨੂੰ ਵੀ ਇਹ ਹੈ ਕੁਦਰਤ ਕਦੀ ਕੁਦਰਤ ਨਾ ਇੰਨੇ ਖਿਲਾਫ ਇਨਸਾਨੀਅਤ ਦੇ ਹੋ ਹੀ ਨਹੀਂ ਸਕਦੀ ਨਾ ਬਿਮਾਰੀ ਲੈ ਕੇ ਆਂਦੀ ਹੈ ਤੇ ਨਾ ਜਿੰਦਾ ਰੱਖਦੀ ਹੈ ਇਹ ਬੈਲੈਂਸ ਕਰਦੀ ਹੈ ਬੈਕਟੀਰੀਆ ਤੇ ਲਾਈਫ ਦਾ ਇਹ ਜਿਹੜੇ ਜੀਵਾਣੂ ਐ ਜਿਹੜੇ ਸਾਡੇ ਪ੍ਰੋਬਲਮ ਲੈ ਕੇ ਆਂਦੇ ਆ ਉਹਦਾ ਤੇ ਸਾਡਾ ਜ਼ਿੰਦਗੀ ਦਾ ਬੈਲੈਂਸ ਰੱਖਦੀ ਹੈ ਉਨੂੰ ਵੀ ਮਰ ਨਹੀਂ ਦਿੰਦੀ ਤੇ ਇਹਨੂੰ ਵੀ ਜਾਨ ਨਹੀਂ ਦਿੰਦੀ ਇਹ ਤਾਂ ਐਸੀ ਚੀਜ਼ ਹੋ ਗਈ ਇਹਨੂੰ ਇੱਥੇ ਲੈ ਆਂਦਾ ਰੱਬ ਨੇ ਤੇ ਇਹਨੂੰ ਐ ਕਰਤਾ ਰੱਬ ਦੀ ਕਦੇਗਾ ਇਸ ਤਰ੍ਹਾਂ ਮਤਲਬ ਤਾਂ ਬਖਸ਼ਣ ਹਾਰ ਹੈ ਹੈਨਾ ਰੱਬ ਤਾਂ ਬਖਸ਼ਣ ਹਾਰ ਹੈ ਔਰ ਆਪਣੀ ਕਰੇਗਾ ਇਸ ਤਰ੍ਹਾਂ ਇਹ ਕੁਝ ਇਸ ਬੰਦੇ ਨੇ ਕੁਝ ਪੰਗਾ ਲਿਆ ਇਹਦੇ ਨਾਲ ਤੇ ਹੁਣ ਜੋ ਕੁਝ ਵੀ ਹੋਇਆ ਤਾਂ ਹੁਣ ਅੱਗੇ ਇਹ ਵੀ ਵਕਤ ਦੱਸੇਗਾ ਇਹ ਵੀ ਉਹ ਇਨਵੈਸਟੀਗੇਸ਼ਨ ਦਾ ਟਾਪਿਕ ਹੈ ਤੇ ਤਾਂ ਟਾਈਮ ਹੀ ਦੱਸੇਗਾ ਇੱਕ ਆਈਸੀਐਮਰ ਨੇ ਜਿਹੜੀ ਰਿਪੋਰਟ ਜਿੰਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਉਹ ਐਂਟੀਬਾਡੀਜ਼ ਦੀ ਗੱਲ ਕਰ ਰਿਹਾ ਕਿ ਸਰੀਰ ਸਾਡਾ ਜਿਹੜਾ ਐਂਟੀਬਾਡੀਜ਼ ਬਣਾ ਰਿਹਾ ਤੁਸੀਂ ਐਂਟੀਬਾਡੀਜ਼ ਦਾ ਬੜਾ ਜ਼ਿਕਰ ਕਰਦੇ ਹੋ ਉਹ ਐਂਟੀਬਾਡੀਜ਼ ਦਾ ਮਤਲਬ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸਮਝਾ ਸਕਦੇ ਹਾਂ ਦੇਖੋ ਹਰ ਬਿਮਾਰੀ ਦੀ ਇੱਕ ਐਂਟੀਬਾਡੀ ਹੈ ਹਮ ਹਰ ਤਾਲੇ ਦੀ ਇੱਕ ਚਾਬੀ ਹੈ ਤੇ ਹਰ ਬਿਮਾਰੀ ਦੀ ਅਗਰ ਹੈਗਾ ਸਾਨੂੰ ਪੀਲੀਆ ਹੈਪੇਟਾਈਟਿਸ ਉਹਦੀ ਐਂਟੀਬਾਡੀ ਅਲੱਗ ਹੁੰਦੀ ਹੈ ਐਂਟੀਜਨ ਉਹਨੂੰ ਕਹਿੰਦੇ ਆ ਜੋ ਬਾਹਰੋਂ ਸਾਡੇ ਘਰ ਆਇਆ ਸਾਡੇ ਘਰ ਮੇ ਸਾਡੀ ਬੋਡੀ ਚ ਆਇਆ ਐਂਟੀਜਨ ਅੰਦਰ ਵਰਦਾ ਹੈ ਸਾਡੀ ਬੋਡੀ ਦਾ ਡਿਫੈਂਸ ਸਿਸਟਮ ਹੈ ਆਟੋਮੈਟਿਕ ਲਿੰਫੋਸਾਈਟਸ ਵਾਈਟ ਬਲੱਡ ਸੈਲਸ ਉਹਦੇ ਵਿੱਚ ਹੁੰਦੇ ਆ ਬੀ ਸੈੱਲ ਤੇ ਟੀ ਸੈੱਲ ਉਨ੍ਹਾਂ ਤੇ ਲੱਗੀ ਹੁੰਦੀ ਹੈ ਐਂਟੀਬਾਡੀ ਉਹ ਨੂੰ ਆਈਡੈਂਟੀਫਾਈ ਕਰਦਾ ਹੈ ਐਂਟੀਬਾਡੀ ਦੀ ਇੱਕ ਖਾਸियत ਹੋਰ ਹੈ ਉਹ ਕਿਸੇ ਵੀ ਐਂਟੀਜਨ ਨੂੰ ਕਿਸੇ ਵੀ ਬਿਮਾਰੀ ਨੂੰ ਉਹ ਆਈਡੈਂਟੀਫਾਈ ਕਰਦਾ ਹੈ ਮੈਮਰੀ ਹੈ ਉਹਦੇ ਵਿੱਚ ਤਾਂ ਮੈਂ ਐਗਜ਼ਾਮਪਲ ਲਵਾਂ ਚਿਕਨ ਪੌਕਸ ਹੁੰਦੀ ਹੈ ਜਿੰਦਗੀ ਵਿੱਚ ਇੱਕ ਵਾਰੀ ਉਹਦੇ ਐਂਟੀਬਾਡੀਆ ਬਣ ਚੁੱਕੀਆਂ ਨੇ ਚਿਕਨ ਪੌਕਸ ਦੇ ਚਿਕਨ ਪੌਕਸ ਦੁਆਰਾ ਹੁੰਦੀ ਵੀ ਹੈ ਉਹ ਐਂਟੀਬਾਡੀ ਟੈਗ ਕਰ ਦਿੰਦੀ ਹੈ ਇਹ ਦੇ ਆਪਣੀ ਐਂਟੀਬਾਡੀ ਬੋਡੀ ਚ ਹਾਲੇ ਬੰਨੀਆਂ ਕਈਆਂ ਨੇ ਸ਼ੁਰੂ ਹੋਈਆਂ ਤੇ ਬੱਚੇ ਜਿਹੜੇ ਬੰਦੇ ਠੀਕ ਹੋਏ ਆ ਉਹਨਾਂ ਦੀ ਬੋਡੀ ਨੇ ਐਂਟੀਬਾਡੀਆ ਬਣਾਤੀਆਂ ਤੇ ਉਹ ਠੀਕ ਹੋ ਗਏ ਐਂਟੀਜਨ ਕੱਟ ਗਿਆ ਐਂਟੀਬਾਡੀ ਜ਼ਿਆਦਾ ਹੋਈਆਂ ਤੇ ਐਂਟੀਬਾਡੀ ਦਾ ਇਹ ਮਤਲਬ ਹੈਗਾ ਬਾਕੀ ਐਂਟੀਬਾਡੀ ਜਿਹੜੀ ਹੁੰਦੀ ਹੈ ਤੁਹਾਨੂੰ ਦੱਸ ਦਿੰਨਾ ਹੈ ਹਰ ਬਿਮਾਰੀ ਦੀ ਅਲੱਗ ਹੈ ਸਾਡੇ ਸੀਜ਼ ਬਹੁਤ ਐਂਟੀਬਾਡੀਆ ਹੈਗੀਆਂ ਤੇ ਕਰੋਨਾ ਦੇ ਐਂਟੀਬਾਡੀਆ ਹੁਣ ਬੰਨੀਆਂ ਸ਼ੁਰੂ ਹੋਈਆਂ ਜਦ ਸਾਡੇ ਸਾਰੇ ਦੁਨੀਆ ਦੇ ਬੰਦਿਆਂ ਵਿੱਚ ਐਂਟੀਬਾਡੀ ਬਣ ਜਾਣਗੇ ਦੈਟ ਵਿਲ ਬੀ ਕਾਲਡ ਹਰਡ ਇਮਿਊਨਿਟੀ ਹਰਡ ਮਨਟੀ ਹੁੰਦੇ ਕਿ ਇੱਕ ਭਮਾਰੀ ਦਾ ਸਫ਼ਰ ਬੜਾ ਲੰਮਾ ਲੰਮਾ ਲੰਬਾ ਸਫ਼ਰ ਬਹੁਤ ਲੰਬਾ ਸਫ਼ਰ ਹੁੰਦਾ तकरीबन 75 ਲੱਖ ਦੇ ਨੇੜੇ ਕੇਸ ਹੁੰਦੇ ਹਨ ਦੁਨੀਆ ਤਬਾ ਨਾਲ ਉਹ ਵੈਕਸੀਨ ਤੋਂ ਬਾਅਦ ਹੀ ਹੋਏਗਾ ਜੋ ਹੋਏਗਾ ਉਸ ਤੋਂ ਪਹਿਲਾਂ ਨਹੀਂ ਹੁੰਦੇ ਚਲੋ ਇੱਕ ਹੋਰ ਛੋਟਾ ਬ੍ਰੇਕ ਲ ਲਵਾ ਇਹ ਛੋਟਾ ਹੋ ਬ੍ਰੇਕ ਲਵਾ ਕੇ ਬ੍ਰੇਕ ਤੋਂ ਵਾਪਸ ਆਵਾਂਗੇ ਐਂਟੀ ਬੋਡੀਜ਼ ਦੀ ਗੱਲ ਹੋ ਰਹੀ ਹੈ ਕੁਲ ਮਿਲਾ ਕੇ ਨਿਚੋੜੇ ਹੈਗਾ ਚੰਗਾ ਜੇ ਤੁਸੀਂ ਖਾਦਾ ਹੋਇਆ ਤੇ ਉਹਦਾ ਫਾਲਤ ਤੁਹਾਨੂੰ ਅੱਜ ਮਿਲਣਾ ਹੈਗਾ ਜੇ ਤੁਸੀਂ ਚੰਗਾ ਵਰਕਆਊਟ ਕੀਤਾ ਹੋਇਆ ਉਹਦਾ ਫਲ ਤੁਹਾਨੂੰ ਅੱਜ ਮਿਲਣਾ ਹੈਗਾ ਜੇ ਪਹਿਲਾਂ ਤੁਸੀਂ ਚੰਗਾ ਨਹੀਂ ਕੀਤਾ ਤੇ ਹੁਣ ਮਾਡਲ ਹੀ ਫਿਰ ਇਮਿਊਨਿਟੀ ਸਟਰੋਂਗ ਆ ਦੀ ਜੇ ਤੁਸੀਂ ਕਰ ਸਕਦੇ ਹੋ ਇਮਿਊਨਿਟੀ ਨਾਲ ਵੈਲ ਪਾਵਰ ਇਸ ਸਟਰੋਂਗ ਕਰਨੀ ਹੈ ਇਹ ਦੋ ਚੀਜ਼ਾਂ ਮੈਂ ਕਹਿ ਰਿਹਾ ਡਾਕਟਰ ਸਾਹਿਬ ਦੀ ਹਾਜ਼ਰੀ ਵਿੱਚ ਡਾਕਟਰ ਸਾਹਿਬ ਬੇਹਤ ਤਰੀਕੇ ਨਾਲ ਇਸ ਨੂੰ ਵਿਸਤਾਰ ਸੇ ਤੁਹਾਡੇ ਨਾਲ ਸਾਂਝੇ ਵੀ ਕਰ ਰਹੇ ਹੈਗੇ ਆ ਕੁਲ ਮਿਲਾ ਕੇ ਜੇ ਚੰਗਾ ਖਾਦਾ ਹੈ ਚੰਗਾ ਪੀਤਾ ਹੈ ਸ਼ਰਾਬ ਦੀ ਗੱਲ ਨਹੀਂ ਹੋ ਰਹੀ ਦੁੱਧ ਦੀ ਗੱਲ ਹੋ ਰਹੀ ਹੈ ਤੇ ਜੇ ਚੰਗੇ ਜਿਹਾ ਤੁਸੀਂ ਕੀਤੀਆਂ ਹੈਗੀਆਂ ਤੇ ਮਾਲਾ ਤੁਹਾਡਾ ਕੋਈ ਨਹੀਂ ਕਰ ਸਕਦਾ ਬ੍ਰੇਕ ਤੋਂ ਵਾਪਸ ਆ ਰਹੇ ਇੱਕਰ ਫੇਟੜਾ ਸਵਾਗਤ ਹੈ ਕਰੋਨਾ ਰੋਧ ਖੇੜੀ ਲੜਾਈ ਬਾਕੀ ਹੈ ਡਾਕਟਰ ਸੰਤੋਖ ਸਿੰਘ ਸਾਡਾ ਮੌਜੂਦ ਹੈ ਕਿ ਹੈ ਸੰਤੋਖ ਤੁਸੀਂ ਵੀ ਰੱਖਣਾ ਸਬਰ ਤੁਸੀਂ ਵੀ ਰੱਖਣਾ ਸਬਰ ਦਾ ਫਲ ਕਨੇ ਮਿੱਠਾ ਹੁੰਦਾ ਹੈ ਡਾਕਟਰ ਸੰਤੋਖ ਸਿੰਘ ਮੈਂ ਪਹਿਲਾਂ ਇਹ ਗੱਲ ਕਰਕੇ ਗਿਆ ਸੀਗਾ ਕਿ ਜੇ ਤੁਸੀਂ ਮਾਰਾ ਨਹੀਂ ਕੀਤਾ ਜੇ ਤੁਸੀਂ ਚੰਗਾ ਨਹੀਂ ਕੀਤਾ ਤਾਂ ਉਹਦੇ ਵਿਚਾਲੇ ਫਰਕ ਲਬਲੀਓ ਤੇ ਤੁਹਾਨੂੰ ਉਹੀ ਚੀਜ਼ ਤੁਹਾਡੇ ਸਾਹਮਣੇ ਆਉਣਗੀ ਜੇ ਤੁਸੀਂ ਚੰਗੀਆਂ ਚੀਜ਼ਾਂ ਖਾਣੇ ਹੋ ਤਾਂ ਚੰਗਾ ਫਲ ਮਿਲਦਾ ਮਾੜੀਆਂ ਚੀਜ਼ਾਂ ਖਾਓਗੇ ਤਾਂ ਮਾੜਾ ਫਲ ਮਿਲਦਾ ਤੁਸੀਂ ਜੰਗ ਫੂਡ ਦਾ ਜ਼ਿਕਰ ਕੀਤਾ ਸੀਗਾ ਵੈਸ ਜੰਗ ਫੂਡ ਇਹਦਾ ਟਾਪਿਕ ਨਹੀਂ ਹੋਇਆਗਾ ਪਰ ਮੈਨੂੰ ਲੱਗਦਾ ਸਾਡੀ ਇਮਿਊਨਿਟੀ ਨਾਲ ਤਾਂ ਸਿੱਧਾ-ਸਿੱਧਾ ਜੁੜਿਆ ਹੋ ਤੇ ਇਹਦਾ ਕੋਰੋਨਾ ਦਾ ਸਿੱਧਾ ਫਰ ਫੈਕਟਿਕ ਇਮਿਊਨਿਟੀ ਦੇ ਨਾਲ ਜੁੜਿਆ ਹੋਇਆ ਬਿਲਕੁਲ ਬਿਲਕੁਲ ਦੇਖੋ ਸਾਡੀ ਨਾ ਅਵੇਅਰਨੈਸ ਦੀ ਥੋੜੀ ਜੀ ਖਾਣ ਪੀਣ ਦੇ ਮਾਮਲੇ ਘੱਟ ਹੈ ਕਿ ਅਸੀਂ ਜਦੋਂ ਪੈਸੇ ਇਕੱਠੇ ਹੁੰਦੇ ਆ ਅਸੀਂ ਪ੍ਰੋਪਰਟੀਆਂ ਲੈ ਲੈਂਦੇ ਆ ਜਾਂ ਚੰਗੇ ਹੋਟਲ ਜਾਂਦੇ ਆ ਜੰਗ ਫੂਡ ਚੰਗਾ ਖਾਂਦੇ ਆ ਮਤਲਬ ਪੈਸਾ ਜਰਾ ਆਣਾ ਮੇ ਇਸ ਕੀ ਕਰ ਬੈ ਕੇ ਆਰਡਰ ਸੁੱਖੀ ਪਾ ਜਰਦਾ ਕੂੜਾ ਖਾਣੇ ਹੋ ਬਸ ਇਹਦਾ ਵੀ ਤੁਸੀਂ ਦਸ ਮਹੀਨ ਮਨਾਇਆ ਹੋਇਆ ਇਹਨੂੰ ਤੁਸੀਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਤੁਹਾਡੇ ਸਰੀਰ ਨੂੰ ਨਹੀਂ ਪਤਾ ਪਾਜੀ ਤੁਸੀਂ ਕਿਸ ਕੰਟਰੀ ਚ ਰਹਿੰਦੇ ਹੋ ਤੁਹਾਡੇ ਸੀਟ ਪਤਾ ਕਿ ਤੁਸੀਂ ਕਿਹੜੀ ਕਿਹੜੀ ਬ੍ਰਾਂਡ ਦੀ ਕੜੀ ਪਾਈ ਹੈ ਕਿਹੜੇ ਕੱਪੜੇ ਪਾਏ ਆ ਤੁਹਾਡੇ ਸਰੀਰ ਨੂੰ ਉਹ ਪਤਾ ਹੈ ਜੋ ਤੁਸੀਂ ਐਕਸਰਸਾਈਜ਼ ਕਰਦੇ ਹੋ ਜੋ ਤੁਸੀਂ ਜ਼ਬਾਨ ਤੇ ਰੱਖ ਕੇ ਖਾਂਦੇ ਹੋ ਆ ਚੀਜ਼ ਧਿਆਨ ਰੱਖਿਓ ਬਸ ਜਿਹੜਾ ਆਮ ਬੰਦਾ ਹੈ ਜਿਹ ਕੋ ਪੈਸੇ ਕਾਟ ਹੈਗੇ ਅਗਰ ਉਹ ਠੀਕ ਖਾ ਰਿਹਾ ਹੈ ਬਿਮਾਰੀ ਤੋਂ ਮੁਕਤ ਹੈ ਉਹ ਰਾਜਾ ਹੈ ਜਿਹੜੇ ਬੰਦੇ ਕੋ ਪੈਸੇ ਹੈਗੇ ਠੀਕ ਨਹੀਂ ਖਾ ਰਿਹਾ ਹੈ ਵਰਜਿਸ ਨਹੀਂ ਕਰ ਰਿਹਾ ਹੈ ਡਾਇਬੀਟਸ ਹੋ ਜਾਏਗੀ ਕਿਡਨੀ ਦਾ ਪੰਕਾ ਪੈ ਜਾਏਗਾ ਉਹ ਰਾਜਾ ਨਹੀਂ ਹੈ ਇਹ ਸਿੱਧਾ ਕਹਿ ਦੋ ਨਾ ਸ਼ੋਸ਼ੇਬਾਈ ਲਈ ਅਸੀਂ ਖਾ ਵੀ ਰਹੇ ਹਾਂ ਸ਼ੋਸ਼ੇਬਾਈ ਲਈ ਅਸੀਂ ਪਾ ਵੀ ਰਹੇ ਹਾਂ ਠੀਕ ਹੈ ਜੀ ਸ਼ੋਸ਼ੇਬਾਈ ਲਈ ਅਸੀਂ ਖਰੀਦ ਵੀ ਰਹੇ ਹਾਂ ਇਹ ਛੱਡ ਦਿਓ ਹਾਂ ਸਰੀਰ ਨਾਲ ਨਾ ਖੇਡੋ ਆਪਣੇ ਸਰੀਰ ਨਾਲ ਨਾ ਖੇਡੋ ਰੋਟੀ ਦਾ ਟਾਈਮ ਹੈ ਰੋਟੀ ਖਾਓ एक्सरसाइजदाई में एक्सरसाइज करो मेडिटेशन कर रही है मेडिटेशन करो ए तुसी याद रखियो की तोडी पैसे दे नाल बरकत शरीर दी नहीं होनी। ਤੁਹਾਨੂੰ ਕਰੋਂਦੀ ਨਿਕਲ ਕੇ एक्सरसाइज ਕਰਨੀ ਪੈਣੀ ਹੈ ਜਿਮ ਜਾ ਕੇ ਪਸੀਨਾ ਕੜਨਾ ਪੈਣਾ ਹੈ। ਪੈਸੇ ਨਾਲ ਨਹੀਂ ਕਰਨਾ ਕੁਝ ਵੀ। ਇਹ ਮੈਂ ਬਾਬਾ ਲੋਕਾਂ ਨੂੰ ਬੋਲਦਾ ਆਈ ਮੀਨ ਟੂ ਸੇ ਪੈਸੇ ਹੈਗੇ ਆ ਵੈਰੀ ਗੁੱਡ। ਇਹਨੂੰ ਪ੍ਰੋਪਰ ਪ੍ਰੋਪਰਟੀ ਤੇ ਲਾਓ। ਕਿਤੇ ਵੀ ਬਾਬਰੀ ਦੇ ਆਪਣੇ ਸਰੀਰ ਤੋਂ। ਜਿਹਦੇ ਕੋਲ ਆ ਪ੍ਰੋਪਰਟੀ ਹੈਗੀ ਹੈ ਨਾ ਉਹਨੂੰ ਦੁਨੀਆ ਦੀ ਕੋਈ ਚੀਜ਼ ਦੀ ਲੋੜ ਹੀ ਨਹੀਂ ਹੈਗੀ। ਉਹ ਰਾਜ਼ਾ ਦੇਗਾ ਪੂਰਾ। ਪੈਸੇ ਨਾਲ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ। ਅਗਰ ਆਪਾਂ ਚੰਗਾ ਖਾਵਾਂਗੇ ਐਕਸਰਸ ਕਰਾਂਗੇ ਇਮਿਊਨਿਟੀ ਸਟਰੋਂਗ ਸੀ ਕੋਰੋਨਾ ਦੇ ਕੁਝ ਨਹੀਂ ਕਰਨਾ ਠੀਕ ਹੈ ਨਾ ਬਿਮਾਰੀ ਨਹੀਂ ਕੁਝ ਨਹੀਂ ਕਰਨਾ ਇਹਦਾ ਕੋਰੋਨਾ ਦਾ ਇੱਕ ਛੋਟੀ ਛੋਟੀ ਬਕਵਾਗਾ ਕਿਉਂਕਿ ਇਹ ਡੈਥ ਸੇ ਜ਼ਿਆਦਾ ਨਹੀਂ ਹੈਗਾ ਇਹ ਬਿਮਾਰੀ ਹਮ ਆਪਾਂ ਹਾਈਪ ਹੋ ਗਈ ਨਾ ਇਸ ਵਾਰੀ ਹੁਆ ਆਪਾਂ ਸੋਚਣ ਲੱਗੇ ਇਮਿਊਨਿਟੀ ਵੀ ਹੁੰਦੀ ਹੈ ਕੋਈ ਚੀਜ਼ ਲੋਕਾਂ ਨੂੰ ਮਿੰਟ ਲੱਗਦਾ ਪਤਾ ਨਹੀਂ ਕਿ ਇਮਿਊਨਿਟੀ ਕੋਈ ਚੀਜ਼ ਹੁੰਦੀ ਹੈਗੀ ਆ ਤੇ ਇਸ ਕਰਕੇ ਜਿਹੜੀ ਆਪਾਂ ਬੋਡੀ ਨੂੰ ਫਿੱਟ ਰੱਖਾਂਗੇ ਇਹ ਬਿਮਾਰੀਆਂ ਇਕੱਲੀ ਕੋਰੋਨਾ ਨਹੀਂ ਇਹ ਸਾਡੀਆਂ ਬਿਮਾਰੀਆਂ ਡਾਇਬੀਟਿਸ ਤੋਂ ਜ਼ਿਆਦਾ ਖਾਣੇ ਹੈ ਕੈਲਰੀਸ ਨਹੀਂ ਖਾਣੇ ਆ 1 ਤੇ ਇਨੇ ਦੀ ਗੈਲਰੀ ਖਾ ਲੰਨੇ ਆ ਬਾਅਦ ਚ ਅਸੀਂ ਕਰਦਾ ਹੋ ਜਾੰਨੇ ਆ ਭਾਜੀ ਇਹ ਚਿੱਟ ਨਿਕਲ ਆਏਗਾ ਬਾਹਰ ਇਨਸੂਲਿਨ ਰੈਜ਼ਿਸਟੈਂਸ ਹੋ ਜਾਏਗੀ ਡਾਇਬੀਟਿਸ ਡੀਐਮ 2 ਹੋ ਜਾਏਗਾ ਬੀਪੀ ਵੱਜ ਜਾਏਗਾ ਦਿਮਾਗ ਤੇ ਅਸਰ ਪਏਗਾ ਬਾਡੀ ਡਾਊਨ ਹੋ ਜਾਏਗੀ 50 60 ਸਾਲ ਜਾਂਦੇ ਜਾਂਦੇ ਠੀਕ ਪੌੜੀ ਬਾਡੀ ਅੱਧੀ ਹੋ ਜਾਏਗੀ ਆ 52 ਅੱਛਾ ਖਾਦਾ ਹੈ ਮੈਨੂੰ ਪੂਰਾ ਗਰਵ ਹੈ ਆਪਣੇ ਤੇ ਕਿ ਮੈਨੂੰ ਪੂਰਾ ਫੇਥ ਹੈ ਆਪਣੇ ਤੇ ਕਿ ਮੇਰੀ ਬਾਡੀ ਸਟਰੋਂਗ ਹੈਗੀ ਹੈ ਕਿ ਮੈਂ ਗਲਤ ਕਿਤਾ ਕੁਝ ਨਹੀਂ ਤੇ ਇਸ ਤਰੀਕੇ ਨਾਲ ਤੁਸੀਂ ਸਾਰੇ ਜਾਣੇ ਅੱਜ ਤੋਂ ਬਾਅਦ ਹੋਂ ਤੁਸੀਂ ਇਹ ਦੇਖ ਲਓ ਕਿ ਤੁਸੀਂ ਆਪਣੀ ਬਾਡੀ ਨੂੰ ਫਿਟ ਪਹਿਲੇ ਕਰਨਾ ਹੈ ਸਾਰੇ ਕੰਮ ਮਕਾਨ ਦੋ ਮਕਾਨ ਬਾਤ ਪਹਿਲੇ ਆਪਣੀ ਮੌਰੀ ਤੇ ਪੈਸੇ ਲਾਓ ਪੈਸੇ ਵੀ ਨਹੀਂ ਲਾਣੇ ਟਾਈਮ ਲਾਓ ਆਪਣੀ ਬਾਡੀ ਨੂੰ ਸਿਰਫ ਤੁਸੀਂ ਕਿੰਨਾ ਦਿੰਦੇ ਤੁਸੀਂ ਸਮਾਂ ਪੈਸਾ ਹੀ ਹੈ ਜੀ ਬਸ ਉਸੀ ਆਪਣੀ ਬਾਡੀ ਤੇ ਟਾਈਮ ਲਗਾਓ ਆਪਣੀ ਬਾਡੀ ਟਾਈਮ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਐਕਸਰਸਾਈਜ਼ ਕਰੋ ਅੱਛਾ ਖਾਓ ਮੈਡੀਟੇਸ਼ਨ ਕਰੋ ਆਰਾਮ ਨਾਲ ਸੋਵੋ ਸਭ ਤੋਂ ਵੱਡਾ ਸੁੱਖ ਹੈ ਪੱਕੇ ਤੁਸੀਂ ਰਾਜ਼ੇ ਹੋ ਅਗਰ ਤੁਸੀਂ ਇਹ ਕੰਮ ਨਹੀਂ ਕੀਤਾ ਫਿਰ ਤੁਸੀਂ ਦੇਖ ਲਓ ਮਾਰੀ ਲੱਗ ਜਣੀ ਹੈ ਫੈਲਾ ਕੋਈ ਹੋਣਾ ਨਹੀਂ ਇੱਕ ਦੋ ਪੋਲੀਟਿਕਸ ਵਾਲੇ ਲੈਣਾ ਡਾਕਟਰ ਸੰਤੋਖ ਜੀ ਡਾਕਟਰ ਸੰਤੋਖ ਸਿੰਘ ਦਿੱਲੀ ਦੀ ਆਪ ਸਰਕਾਰ ਦਾ ਇੱਥੇ ਚੱਲਦਾ ਪਿਆ ਤੁਸੀਂ ਡਾਟਾ ਵੀ ਦੇਖ ਰਹੇ ਹੋ 80 ਹਰ ਬੈਡ ਦੀ ਜ਼ਰੂਰਤ ਹੈ 31 ਜੁਲਾਈ ਤੱਕ ਹਾਂ ਜੀ ਹਾਂ ਜੀ ਸੁਪਰੀਮ ਕੋਰਟ ਜੋ ਸਵਾਲ ਕਰਦਾ ਸੁਪਰੀਮ ਕੋਰਟੇ ਸਵਾਲ ਕਰਦਾ ਤੁਸੀਂ ਟੈਸਟਿੰਗ ਘਟਾਤੀ ਹੈ ਹਾਂ ਹਾਂ ਤੇ ਇਹਦਾ ਮਤਲਬ ਕੀ ਹੈ ਜੋ ਸੁਪਰੀਮ ਕੋਰਟੇ ਸਵਾਲ ਕਰੇ ਤੁਸੀਂ ਟੈਸਟਿੰਗ ਘਟਾਤੀ ਹੈ ਜਦੋਂ ਦਿੱਲੀ ਸਰਕਾਰ ਇਹ ਕਹੇ ਕਿ ਹੁਣ ਅਸੀਂ ਲੋਕਡਾਊਨ ਲਾਉਣ ਦੀ ਸਥਿਤੀ ਵਿੱਚ ਨਹੀਂ ਹੈਗੇ ਤਾਂ ਫਿਰ ਦਿੱਲੀ ਦੇ ਲੋਕਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕੀ ਕਰਨ ਦੇਖੋ ਹੁਣ ਜੇ ਦਿੱਲੀ ਦੇ ਬੰਦੇ ਹੈਗੇ ਆ ਉੱਥੇ ਬਿਮਾਰੀ ਬਹੁਤ ਫੈਲ ਚੁੱਕੀ ਹੈ ਕਮਿਊਨਿਟੀ ਸਪਰੈਡ ਪੱਕਾ ਹੈ ਅਗਰ ICMR ਨਹੀਂ ਮੰਨਦਾ ਮੈਨੂੰ ਪਤਾ ਨਹੀਂ ਕਿਹੜੀ ਸਰ ਉੱਥੇ ਬੈਠ ਕੇ ਨਹੀਂ ਮੰਨਦੇ ਪਏ ਉਹ ਉਹ ਪਤਾ ਨਹੀਂ ਕਿ ਕਿਹੜੀ ਕਿਤਾਬ ਨੂੰ ਫਾਲੋ ਕਰ ਰਹੇ ਹਨ ਕੋਈ ਦੱਸ ਦੇਣਾ ਕਿਸ ਕਿਤਾਬ 'ਚ ਲਿਖਿਆ ਹੈ ਕਿ ਇਹਨੇ ਬੰਦੇ ਰੋਜ਼ ਦੇ ਆਣ ਤੇ ਕਮਿਊਨਿਟੀ ਸਪਰੈਡ ਨਹੀਂ ਹੈਗਾ ਠੀਕ ਹੈ ਨਾ ਉਹ ਅਸੀਂ ਉਹ ਤਾਂ ਹੁਣ ਸ਼ਾਇਦ ਇਹ ਪੋਲਿਟੀਕਲ ਇੰਟਰਫੇਰੈਂਸ ਵੀ ਹੁੰਦੀ ਹੈ ਮੈਡੀਕਲ ਸਾਇੰਸ ਦੇ ਵਿੱਚ ਤੇ ਬਾਕੀ ਦਿੱਲੀ ਦੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਮੈਂ ਖਾਸ کہہ ਰਿਹਾ ਕਿ ਆਪਣਾ ਧਿਆਨ ਖਾਸ ਰੱਖੋ ਕਿਸ ਤਰ੍ਹਾਂ ਉਹ ਹੀ ਸੇਮ ਬਾਰ ਬੋਲੀ ਜਾਵਾਂਗਾ ਸੋਸ਼ਲ ਡਿਸਟੈਂਸਿੰਗ ਐਂਡ 올 ਦੈਟ ਆਪਣੀ ਇਮਿਊਨਿਟੀ ਇਮਿਊਨਿਟੀ ਬਣਾ ਕੇ ਰੱਖੋ ਬਾਹਰ ਨਾ ਨਿਕਲੋ ਹੱਲੇ ਜਿਹੜੇ ਬਜ਼ੁਰਗ ਬਿਮਾਰ ਹੈਗੇ ਆ ਉਹ ਤਾਂ ਬਿਲਕੁਲ ਹੀ ਨਾ ਨਿਕਲਣ ਤੇ ਕਾਚੀ ਰਹਿਣ ਕਿਉਂਕਿ ਗਵਰਨਮੈਂਟ ਟੈਸਟਿੰਗ ਕਟਾਈ ਹੈ ਉਹਨਾਂ ਕੋਲ ਕਿਡਸ ਨਹੀਂ ਹੈ ਉਹਨਾਂ ਕੋਲ ਫੈਸਿਲਿਟੀ ਕਿਡਸ ਲੈਬ ਵੀ ਜਾਂ ਤੇ ਉਹਨਾਂ ਕੋਲ ਬੈਡ ਹੋ ਲੋਕ ਮੈਂ ਸੁਣਿਆ ਕਿ ਦਿੱਲੀ ਦੇ ਵਿੱਚ ਲੋਕੀ ਬਿਮਾਰੀ ਹੁੰਦੇ ਆ ਪੋਜ਼ਿਟਿਵ ਵੀ ਆ ਰਹੇ ਆ ਉਹਨਾਂ ਘਰ ਭੇਜ ਰਹੇ ਆ ਕਾਰ ਕਾਰ ਸੈਲਫ ਐਸੈਸਮੈਂਟ ਕਰਵਾ ਰਹੇ ਆ ਉਹੀ ਤਾਂ ਮੈਂ ਚੀਜ਼ ਕਹਿ ਰਿਹਾ ਕਿ ਬੰਦਾ ਘਰ ਜਾ ਕੇ ਤਾਂ ਸਰ ਗਵਰਨਮੈਂਟ ਦਾ ਕੰਟਰੋਲ ਹੀ ਰਹਿ ਗਿਆ ਤੇ ਪਾਪੂਲੇਸ਼ਨ ਜਿਆਦਾ ਹੈ ਦਿੱਲੀ ਦੀ ਬੰਦੋਬਸਰੀ ਹੈ ਕਿ ਉਹਦੇ ਉੱਥੇ ਬੰਦੋਬਸਰੀ ਨਹੀਂ ਬੰਦੋਬਸਤਾ ਹੈ ਹੀ ਨਹੀਂ ਕਮੰਡ ਦੇ ਕੋਲ ਤਾਂ ਮੰਨਣ ਵਾਲੀ ਗੱਲ ਹੈਗੀ ਹੈ ਉਹ ਕੀ ਕਰ ਲੇਗੀ ਸਰਕਾਰ ਉੱਥੇ ਜਦੋਂ ਕੋ ਬੈੱਡ ਹੀ ਨਹੀਂ ਹੈਗੇ ਉੱਥੇ ਦੇ ਵੱਡੇ ਵੱਡੇ ਹਸਪਤਾਲ ਐਲ ਐਨ ਜੀ ਪੀ ਵਰਗੇ ਉਹਨਾਂ ਤੇ ਸਵਾਲ ਉੱਠ ਗਿਆ ਬਿਲਕੁਲ ਜਿਹੜੇ ਵੱਡੇ ਹਸਪਤਾਲ ਹੈਗੇ ਆ ਉਹਨਾਂ ਵੱਡੇ ਵੱਡੇ ਹਸਪੀਟਲ ਵੀ ਨਾ ਆਮ ਕੇਸ ਲੈਣ ਤੋਂ ਕतरा ਰਹੇ ਆ ਤੇ ਉਹ ਪਿੱਛੇ हट ਰਹੇ ਆ ਆਪਣੀ ਡਿਊਟੀ ਤੋਂ ਤੇ ਇਸ ਕਰਕੇ ਆਪਾਂ ਮਾਹੌਲ ਦੇਖਦੇ ਹੋਏ ਬਦਲਦੇ ਹੋਏ ਅਸੀਂ ਆਪਣਾ ਆਪ ਧਿਆਨ ਰੱਖੀਏ ਸਰਕਾਰਾਂ ਤੇ ਫਿਲਹਾਲ ਜੁਲੀ ਸਰਕਾਰ ਦਾ ਸਾਫ਼ ਹੀ ਕਹਤਾ ਨਾ ਕਿ ਤੁਸੀਂ ਆਪਣੇ ਘਰ ਹੀ ਬੈਠੋ ਜਿੰਨ ਨੂੰ ਸਿੰਪਟਮ ਹੈਗਾ ਤਾਂ ਆਇਓ ਜਿੰਨ ਨੂੰ ਕੋਈ ਸਾਹ ਰੁਕਦਾ ਤਾਂ ਆਇਓ ਅਗਰ ਤੁਹਾਨੂੰ ਬੁਖਾਰ ਹੈਗਾ ਤੇ ਤੁਹਾਨੂੰ ਸਾਹ ਨਹੀਂ ਰੁਕ ਰਿਹਾ ਕਰੋਨਾ ਪੋਜ਼ਿਟਿਵ ਹੈ ਘਰ ਬੈਠੋ ਸਾਫ਼ ਕਹਤਾ ਉਹਨਾਂ ਨੇ ਇਹਦਾ ਮਤਲਬ ਕੀ ਹੁੰਦਾ ਸਮਝੋ ਆਪਣੇ ਆਪ ਕਿ ਹੈਲਥ ਸਿਸਟਮ ਨੂੰ ਕਾਰੋਬਾਰ ਕਿਉਂ ਬਣਾ ਲਿਆ ਇਹ ਇਹਨਾਂ ਨੂੰ ਅਕਲ ਹੁਣ ਆਏਗੀ ਮੇਰੇ ਸਾਥ ਦੇ ਨਾਲ ਇਹ ਮਤਲਬ ਮੈਂ ਸੁਝਾ ਰਹੇ ਆਂ ਆਣੀ ਚਾਹੀਦੀ ਹੈ ਅਗਰ ਨਹੀਂ ਆਏਗੀ ਤਾਂ ਲੋਕਾਂ ਨੂੰ ਲੋਕਾਂ ਨੂੰ ਚਾਹੀਦਾ ਹੈ ਜਾਂ ਤਾਂ ਵੋਟ ਜਾਂ ਤਾਂ ਪ੍ਰੈਸ ਕਰਦੇ ਨਾ VOTING ਬਟਨ ਉਹਨਾਂ ਨੂੰ ਮੰਤਰੀਆਂ ਨੂੰ ਪੁੱਛਣ ਤੁਸੀਂ ਉਦੋਂ ਕੀ ਕੀਤਾ ਜਾਂ ਹੁਣ ਕੀ ਕਰੋਗੇ ਤੁਹਾਡੇ ਕੋਲ ਇੱਕੋ ਹੀ ਟਾਈਮ ਹੁੰਦਾ ਹੈ 5 ਸਾਲ ਦੇ ਵਿੱਚ ਜਦ VOTING ਜਦ ਪਾਂਦੀ ਟਾਈਮ ਆਉਂਦਾ ਹੈ ਤੁਸੀਂ ਉਸ ਟਾਈਮ ਘਰ ਬੰਜੋਏ ਕਰ ਰਹੇ ਹੁੰਦੇ ਹੋ ਮੈਂ ਸਮੋਸੇ ਖਾਣੇ ਇਹ ਖਾਣੇ ਰੋਡ 'ਤੇ ਨਹੀਂ ਜਾਂਦੇ ਹੋ ਮੈਂ ਤਾਂ ਹੀ ਖਵਾਂਗਾ ਕਿ politically ਇੱਕ ਕੁਐਸਚਨ ਹੈਗਾ ਤੇ ਤੁਸੀਂ VOTING right ਦਾ ਯੂਜ਼ ਕਰੋ ਜਿਹੜੇ ਮਿਨਿਸਟਰ ਆਂਦੇ ਨੇ ਉਹਨਾਂ ਨੂੰ ਪੁੱਛੋ ਤੁਸੀਂ ਪਹਿਲੇ ਕੀ ਕੀਤਾ ਤੇ ਅੱਗੇ ਕੀ ਕਰੋਗੇ ਮਾਦਲ ਹੋਣਾ ਕਰੋ ਹੈਲਥ ਦੇ ਲੋ ਬਾਕੀ ਨਾਲ ਲੋਕੋ ਹੀ ਨਹੀਂ ਹੈਲਥ ਤਾਂ ਬਹੁਤ ਜ਼ਰੂਰੀ ਹੈ ਹੈਲਥ ਇਸ ਵੈਲਥ ਜਦ ਜਾਨ ਹੀ ਨਹੀਂ ਹੈ ਤੇ ਜਾਨ ਕੀ ਕਰੂਗਾ ਤੇ ਜਾਨ ਨਾ ਆਂਦੇ ਜਾਨ ਨੂੰ ਤਾਂ ਕੱਢ ਹੀ ਜਾਂਦੇ ਬੰਦੇ ਦੀ ਤੇ ਉਹ ਚੀਜ਼ ਦਾ ਧਿਆਨ ਰੱਖਣ ਤੇ ਇਹ ਲੋਕਾਂ 'ਚ ਜਾਗਰੂਤਾ ਬਹੁਤ ਲੋੜ ਹੈਗੀ ਹੈ ਤੇ ਆ ਵੀ ਚੁੱਕੀ ਹੋਏਗੀ ਇਸ ਤੇ ਜਿੰਨੇ ਕਿਸੇ ਸਾਹ ਤੋਂ ਅਮਰੀਕਾ 'ਚ ਵੀ ਸੁਣਾ ਜਾ ਰਿਹਾ ਡਾਕਟਰ ਸੰਤੋਖ ਸਿੰਘ ਹਾਂਜੀ ਹਾਂਜੀ अच्छा थे हाँ दे, हाँ दे। दे मिस्टर ओथे मिस्टर ट्रम्प ਦੇ ਜਿਹੜੇ ਫੈਸਲੇ ਆ ਉਹਨਾਂ ਦੇ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਉਥੇ ਲੋਕ ਕਿਉਂ ਵੋਟ ਕਰਨ ਮਿਸਟਰ ਟਰੰਪ ਨੂੰ ਦੇਖੋ ਉਥੇ ਟਰੰਪ ਨੇ ਮੇਰੇ ਸਾਹਮਣੇ ਇਕਨੋਮੀ ਉੱਤੇ ਰੱਖੀ ਆ ਠੀਕ ਹੈ ਡੈਥ ਸੈਟ ਵਧਿਆ ਤੇ ਡੈਥ ਸੈਟ ਵਧਿਆ ਤੇ ਟਰੰਪ ਵਾਸਤੇ ਵੀ ਇਹ ਬੜਾ ਚੈਲੰਜ ਹੋਏਗਾ ਇਹ ਬਹੁਤ ਬੜਾ ਚੈਲੰਜ ਹੋਏਗਾ ਕਿ ਉਹਨੂੰ ਕਿਵੇਂ ਜਸਟੀਫਾਈ ਕਰਦਾ ਤੇ ਉਹਨੇ ਕਿਹਾ ਕਿ ਮੈਂ ਅਮਰੀਕਾ ਬੰਦ ਨਹੀਂ ਕਰਨਾ ਇਕਨੋਮੀ ਉੱਤੇ ਰੱਖਣੀ ਹੈ ਕਿਉਂਕਿ ਉਹਨੂੰ ਖਤਰਾ ਹੈਗਾ ਚਾਈਨਾ ਤੋਂ ਠੀਕ ਹੈ ਜੀ ਉਹਨੇ ਇਕਨੋਮੀ ਉੱਤੇ ਰੱਖੀ ਹੈ ਬੜਾ ਬੋਲਡ ਡਿਸੀਜਨ ਲਿੱਤਾ ਹੈ ਤੇ ਕਾਫੀ ਡੈੱਥਸ ਵੀ ਉਹ ਹੋ ਗਈਆਂ ਉੱਥੇ ਦੀ ਉਹ ਡੈੱਥਸ ਨੂੰ ਸਾਡੀ ਸਰਟੀਫਾਈ ਜਾਂ ਜਸਟੀਫਾਈ ਕਿਸ ਤਰ੍ਹਾਂ ਕਰੇਗਾ ਉਹਨੂੰ ਜਸਟੀਫਾਈ ਕਰਨਾ 트럼ਪ ਵਾਸਤੇ ਬਹੁਤ ਮੁਸ਼ਕਲ ਹੋਏਗਾ ਜਿਹੜੇ ਇਲੈਕਸ਼ਨਾਂ ਹੋਣਗੇ ਇਟ ਵਿਲ ਬੀ ਵੈਰੀ ਟਫ 트럼ਪ ਫॉर 트럼ਪ ਇੱਕ ਆਲ ਲੀਏ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਰ ਕਿੱਥੋਂ ਬੋਲ ਰਹੇ ਹੋ ਹਲੋ ਭਾਜੀ ਸਾਥ ਸ੍ਰੀਕਾਲ ਮੈਂ ਪਜੀਜੀਕ ਪਾਲਸੰਗ ਬੋਲ ਰਿਹਾ ਹਾਂ ਹਾਂਜੀ ਹਾਂਜੀ ਦੇਖੋ ਪਾਜੀ ਡਾਕਟਰ ਸਾਹਿਬਣੀ ਬਹੁਤ ਵਧੀਆ ਗੱਲਾਂ ਕਰ ਰਹੇ ਆ ਪਰ ਸਾਡੇ ਅਮਰੀਕਾ ਦੇ ਅੰਦਰ ਵੀ ਜਿੱਥੇ ਉਹਨਾਂ ਨੇ ਲਾਕਡਾਊਨ ਖੋਲ੍ਹ ਲਿਆ ਸੀ ਉੱਥੇ ਨੰਬਰ ਫੇਰ ਬਦਲੇ ਉਹਨਾਂ ਸਟੇਟਾਂ 'ਚ ਸ਼ੁਰੂ ਹੋ ਗਏ ਆ ਇਸ ਕਰਕੇ ਜੋ ਸਾਨੂੰ ਇਨਫੋਰਮੇਸ਼ਨ ਇੰਡੀਆ ਦੀ ਮਿਲ ਰਹੀ ਹੈ ਉਹ ਇਹ ਕਹਿੰਦੇ ਵੀ ਵਿంటర్ ਦੇ ਵਿੱਚ ਤੁਹਾਡੇ ਕੋਲੋਂ ਇਹ ਕੰਟਰੋਲ ਨਹੀਂ ਕਰ ਹੋਣਾ ਇੰਨੀਆਂ ਡੈਸ ਰੋਣ ਜਾ ਰਹੀਆਂ ਵਿంటర్ ਦੇ ਵਿੱਚ ਤੁਹਾਡੇ ਤੇ ਬਹੁਤ ਵੱਡਾ ਇਮਪੈਕਟ ਪੈ ਰਿਹਾ ਇਸ ਕਰਕੇ ਤੁਸੀਂ ਲੋਕਾਂ ਨੂੰ ਡਰਾਉਣਾ ਨਹੀਂ ਉਹਨਾਂ ਨੂੰ ਅਲਰਟ ਕਰਨਾ ਜ਼ਰੂਰੀ ਆ ਇਸ ਟਾਈਮ ਤੇ ਕਿਉਂਕਿ ਦੇਖੋ ਅਸੀਂ ਅਮਰੀਕਾ 'ਚ ਬੈਠੇ ਜੇ ਸਾਡੀ ਅਮਰੀਕਾ ਦੀ ਇਹ ਪੋਜੀਸ਼ਨ ਆ ਦੇ ਆਰ ਨਾਟ ਲਾਈਂਗ ਝੂਠ ਨਹੀਂ ਬੋਲਦੇ ਸਾਡੇ ਕੋਲ ਉਹ ਕੱਸ ਰਹਿ ਵੀ ਇੰਨੇ ਬੰਦੇ ਹੋਗਾ ਇੰਨੇ ਹੋਗਾ ਤੁਸੀਂ ਇਹ ਸੋਚੋਕਰ ਅਮਰੀਕਾ ਜਿਹਦੀ 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਹੈਲਥ ਸਿਸਟਮ ਇਨਾ ਵਧੀਆ ਜੇ ਉਹ ਐਸੀ ਬਾਰੇ ਇੰਨੇ ਬੜੀ ਹੋ ਸਕਦੇ ਤੁਸੀਂ ਦੱਸੋ ਥਿਆਨੂ ਇੰਡੀਆ ਨੂੰ ਇਹਦੇ ਬਾਰੇ ਕਿੰਨੀ ਚਿੰਤਾ ਕਰਨੀ ਚਾਹੀਦੀ ਆ ਵਿੰਟਰ ਦੇ ਵਿੱਚ ਤੁਹਾਡੇ ਤੇ ਬਹੁਤ ਹਾਰਡ ਟਾਈਮ ਆ ਰਿਹਾ ਐਸ ਕਰਕੇ ਤੁਸੀਂ ਹੁਣ ਤੋਂ ਹੀ ਲੋਕਾਂ ਨੂੰ ਅਲਰਟ ਕਰਨਾ ਸ਼ੁਰੂ ਕਰੋ ਲੋਕ ਆਪਣੇ ਛੋਟੇ ਛੋਟੇ ਪਿੰਡਾਂ 'ਚ ਰਹਿਣ ਉਹਨਾਂ ਨੂੰ ਕੋ ਸ਼ਹਿਰਾਂ 'ਚ ਨਾ ਆਓ ਆਪਣੇ ਪਿੰਡਾਂ 'ਚ ਰਹਿ ਕੇ ਉੱਥੇ ਕਵਾਰਨਟਾਈਨ ਕਰੋ ਉੱਥੇ ਹੀ ਆਪਣਾ ਇਲਾਜ ਕਰੋ ਵੱਡੇ ਸ਼ਹਿਰਾਂ 'ਚ ਦਿੱਲੀ ਵਰਗੇ ਸ਼ਹਿਰਾਂ 'ਚ ਲੋਕਾਂ ਨੂੰ ਨਾ ਆਉਣ ਦਿਓ ਬੀ ਯੂ ਪੀ ਬਿਹਾਰ ਤੋਂ ਅੱਗੇ ਭਾਈ ਬਹੁਤ ਇੰਪੋਰਟੈਂਟ ਗੱਲ ਕੀਤੀ ਤੁਸੀਂ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਤੁਹਾਡਾ ਇਹਨਾਂ ਨੇ ਬਹੁਤ ਜਾਗਰੂ ਕਰਨ ਵਾਲੀ ਗੱਲ ਕੀਤੀ ਹੈ ਵੀ ਸਾਨੂੰ ਖੁਦ ਨੂੰ ਸੋਚਣਾ ਪਵੇਗਾ ਅਸੀਂ ਕਰਨਾ ਕੀ ਹੈ ਚਲੋ ਇੱਕ ਹੋਰ ਛੋਟਾ ਬ੍ਰੇਕ ਲੈ ਲਈਏ ਬ੍ਰੇਕ ਤੋਂ ਵਾਪਸ ਆਵਾਂਗੇ ਤੁਹਾਡੀਆਂ ਫੋਨ ਕਾਲਸ ਆ ਰਹੀਆਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਫੋਨ ਕਾਲਸ ਜਿੰਨੀਆਂ ਲੈ ਸਕਦੇ ਹਾਂ ਤੇ ਜਿਹੜੀ ਜਦੋਂ ਤੁਸੀਂ ਗੱਲ ਕਰਦੇ ਹੋ ਦਿਲ ਤੋਂ ਗੱਲ ਕਰਦੇ ਹੋ ਜੋ ਸਰਕਾਰਾਂ ਗੱਲ ਕਰਦੀਆਂ ਕਿੰਨੀਆਂ ਦਿਲ ਤੋਂ ਕਰਦੀਆਂ ਸਵਾਲ ਤੇ ਇਹੀ ਹੈ ਜੇ ਉਹ ਦਿਲ ਤੋਂ ਗੱਲ ਕਰਦੀਆਂ ਹੁੰਦੀਆਂ ਤੇ ਫਿਰ ਮਨ ਕੀ ਬਾਤ ਕਰਨੇ ਦੀ ਲੋੜ ਨਾ ਪੈਂਦੀ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਇਕੁਰਫੇ ਤੁਹਾਡਾ ਸਵਾਗਤ ਹੈ ਕਰੋਨਾ ਵਿਰੋਧ ਕਿਹੜੀ ਲੜਾਈ ਬਾਕੀ ਲੜਾਈ ਉਹੀ ਬਾਕੀ ਹੈ ਜਿਹੜੀ ਇਸ ਤੋਂ ਪਹਿਲਾਂ ਕਾਲ ਆਈ ਸੀ ਉਹਨਾਂ ਨੇ ਸਭ ਕੁਝ ਦੱਸਤਾ ਕਿ ਸਾਨੂੰ ਅਲਰਟ ਰਹਿਣਾ ਪਊਗਾ ਸਾਨੂੰ ਆਪਦੀਆਂ ਖੁਆਇਸ਼ਾਂ ਤੇ ਥੋੜਾ ਜਿਹਾ ਤਾਲਾਬੰਦੀ ਕਰਨੀ ਪਵੇਗੀ ਫੇਰ ਹੀ ਅਸੀਂ ਕਿਬਾਸ ਸਕਦੇ ਹਾਂ ਆਖਰੀ ਹਿੱਸੇ ਵਿੱਚ ਆ ਅਸੀਂ ਡਾਕਟਰ ਸੰਤੋਖ ਸਿੰਘ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਸਰਦੀਆਂ ਲਈ ਸਾਨੂੰ ਤਿਆਰ ਰਹਿਣਾ ਪਊਗਾ ਸਾਡੇ ਕੀ ਹਾਲਾਤ ਹੋਣ ਜਾ ਰਹੇ ਆ ਇਹ ਵਾਕਈ ਡਰਨ ਵਾਲੀ ਗੱਲ ਤਾਂ ਹੈ ਥੋੜੀ ਬਹੁਤ ਪਹਿਲਾਂ ਵੈਸੇ ਅਸੀਂ ਕਹਿੰਨੇ ਆ ਡਰਨਾ ਨਹੀਂ ਗਾ ਪਰ ਜ਼ਿਆਦਾ ਵੀ ਡਰਨਾ ਨਹੀਂ ਗਾ ਪਰ ਜਿਸ ਤਰੀਕੇ ਨਾਲ ਸਾਡੇ ਕੋਲ ਤਸਵੀਰਾਂ ਸਾਹਮਣੇ ਲਾਸ਼ਾਂ ਦੇ ਨਾਲ ਬੈਠ ਕੇ ਖਾਣਾ ਖਵਾਇਆ ਜਾ ਰਿਹਾ ਤੇ ਲਾਸ਼ਾਂ ਸਾਂਭਣ ਲਈ ਤੇ ਲਾਸ਼ਾਂ ਸਾੜਨ ਲਈ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਤੇ ਫਿਰ ਇਹੋ ਜਿਹੇ ਹਾਲਾਤ ਆਉਣ ਗਏ ਰਟ ਸੰਤੋਖ ਸਿੰਘ ਦੇਖੋ ਹਾਲਾਤਾਂ ਹਲੇ ਫਿਲਹਾਲ ਪੂਰੀ ਉਮੀਦ ਹੈਗੀ ਹੈ ਕਿ ਇਹ ਮਾਰੇ ਜਾਣੇ ਹਲੇ ਕਰਫ ਫ્લેਟ ਨਹੀਂ ਹੋਈ ਹੈ ਹਮ ਰੋਜ਼ ਵਧ ਰਹੀ ਹੈ 7000 8000 ਰੋਜ਼ ਦੇ 9000 10 ਮੈਂ 10 ਤੱਕ ਮੈਂ ਦੇਖ ਲੈ ਪੜ ਲੈ ਹੋ ਗਈ ਹੈ ਹੁਣ 10000 ਰੋਜ਼ ਆ ਰਹੇ ਨੇ ਹੌਲੀ ਹੌਲੀ ਇਹ ਵਧਦੇ ਵੱਧ ਹੀ ਰਹੇ ਹਨਾ ਤੇ ਅੱਗੇ ਇਹ ਵਧਦੀ ਜਾਏਗੀ ਇਸ ਤਰ੍ਹਾਂ ਹੀ ਸਪੀਡ ਦੇ ਨਾਲ ਹੁਣ ਪੀਕ ਜਾਦੀ ਆਣੀ ਹੈ ਇਹ ਤਾਂ ਹੁਣ ਟਾਈਮ ਹੀ ਦੱਸੇਗਾ ਪਰ ਇਹ ਪੀਕ ਹਲੇ ਤੁਰ ਹੈ ਉਹ ਬਿਲਕੁਲ ਠੀਕ ਬੋ ਰਹੀ ਸੀ ਇਸ ਤਿੱਕੇ ਨਾਲੇ ਕੇਸ ਵਧ ਰਹੇ ਨੇ ਟੈਸਟਿੰਗ ਕਟ ਦੇ ਵਿੱਚ ਵੀ ਕੇਸ ਵਧ ਰਹੇ ਨੇ ਤੇ ਪੀਕ ਆਏਗੀ ਹੋਰ ਟਾਈਮ ਨਾਲ ਆਏਗੀ ਤੇ ਆਪਾਂ ਨੂੰ ਪੂਰਾ ਹੀ ਮਤਲਬ ਡਰਨਾ ਵੀ ਹੈ ਤੇ ਲੜਨਾ ਵੀ ਹੈ ਮੈਂ ਕਵਾਂਗਾ ਇੱਥੇ ਡਰਨਾ ਆਪਾਂ ਕਿਸ ਚੀਜ਼ ਤੋਂ ਹੈਗਾ ਬਾਹਰ ਨਹੀਂ ਨਿਕਲਣਾ ਹੈਨਾ ਲੜਨਾ ਆਪਾਂ ਕਿਸਤਾ ਹੈ ਇਮਿਊਨਿਟੀ ਬਣਾ ਕੇ ਆਪਾਂ ਆਪਣੀ ਹੋਸ਼ ਰੱਖਿਏ ਆਪਣੇ ਖਾਣ ਪੀਣੇ ਧਿਆਨ ਰੱਖਿਏ ਐਕਸਰਸਾਈਜ਼ ਪ੍ਰੋਪਰ ਕਰੀਏ ਅਗਲੇ ਖਤਰਾ ਪੂਰਾ ਹੈ ਇੰਡੀਆ ਦੇ ਵਿੱਚ ਕਰਵ ਹਲੇ ਫਲੈਟ ਜਦ ਤੱਕ ਨਹੀਂ ਹੁੰਦੀ ਕਰ ਫਲੈਟ ਚਾਰ ਪੰਜ ਦਿਨ ਤੱਕ ਨਹੀਂ ਦਿੰਦੀ ਤਦ ਤੱਕ ਹੋਰ ਆਪਣਾ ਪ੍ਰੀਕਾਸ਼ਨਸ ਲਈਏ ਹੋਰ ਤੁਹਾਨੂੰ ਉਸਨੇ ਇੱਕ ਸਵਾਲ ਮੇਰਾ ਵੀ ਹੈਗਾ ਕਿ ਅਸੀਂ ਸਾਇੰਸ ਨੂੰ ਪਾਸੇ ਕਰਕੇ ਸੈਂਟੀਮੈਂਟਸ ਨੂੰ ਅੱਗੇ ਲਿਆ ਰਹੇ ਹਾਂ ਇਹ ਕਿਉਂ ਇਹ ਤਾਂ ਗਲਤ ਇਸ਼ੂ ਹੈ ਨਾ ਸਾਇੰਸ ਤਾਂ ਦੇਖੋ ਇੱਥੇ ਹੁਣ ਜਿਹੜੇ ਸਕੂਲ ਗੱਦ ਖੋਲਨੇ ਆ ਇਹ ਕੌਣ ਡਿਸੀਜਨ ਲੈ ਰਿਹਾ ਹੈ ਸੁਪਰ ਸਰਕਾਰ ਹੂੰ ਸੂਬਾ ਸਰਕਾਰ ਨੂੰ ਚਾਹੀਦਾ ਸੀਗਾ ਕਿ ਇੱਕ ਐਸੀ ਕਮੇਟੀ ਬਣਾ ਦੇ ਕਿ ਜਿਹਦੇ ਵੀ ਡਾਕਟਰ ਵੀ ਇਨਵੋਲ ਕਰ ਦੇਣਾ ਤੁਸੀਂ ਡਾਕਟਰਾਂ ਦਾ ਕੰਮ ਹੈ ਇਹ ਕਾਨੂੰਨਾਂ ਨੂੰ ਠੀਕ ਕਰਨਾ ਸੂਬਾ ਸਰਕਾਰ ਦੇ ਵਿੱਚ ਅਗਰ ਡਾਕਟਰ ਵੀ ਨਾਲ ਕਮੇਟੀ ਬਣਾ ਕੇ ਕਰਦੇ ਤੇ ਇਹ ਬਹੁਤ ਅੱਛਾ ਫੈਸਲਾ ਹੁੰਦਾ ਤੇ ਇਹ ਸਭ ਚੀਜ਼ਾਂ ਹੈਗੀ ਸੈਂਟੀਮੈਂਟਸ ਵਿੱਚ ਪਾ ਰਹੇ ਕੁਛ ਨਾ ਕੁਛ ਉਹ ਸਭ ਚੀਜ਼ਾਂ ਗਲਤ ਨੇ ਇਹ ਮੈਡੀਕਲ ਸਾਇੰਸ ਦਾ ਇੱਕ ਲੜਾਈ ਹੈਗੀ ਹੈ ਤੇ ਸਾਡੀ ਫਿਜ਼ੀਕਲ ਫਿਟਨੈਸ ਦੀ ਲੜਾਈ ਹੈਗੀ ਤੇ ਅਸੀਂ ਤਾਂ ਪ੍ਰਿਟਿਕਲ ਸਾਇੰਸ ਨਾਲ ਲੜਦੇ ਪਏ ਹਾਂ ਉਹ ਗਲਤ ਹੈ ਇਹ ਇਹ ਲਾਈ ਪੋਲਿਟਿਕਲ ਨਹੀਂ ਹੈਗੀ ਇੱਥੇ ਜਾਜ ਨਹੀਂ ਆ ਰਿਹਾ ਇਹ ਟੈਂਕ ਨਹੀਂ ਆ ਰਹੇ ਕੋਈ ਇੱਥੇ ਤਾਂ ਇਹ ਇੱਥੇ ਆਦਮੀ ਹੈ ਤੇ ਵਾਇਰਸ ਇੱਕ ਐਮਐਮ ਦਾ 1000ਵਾਂ ਹਿੱਸਾ ਹੈ ਤੇਰਾ ਸੈੱਲ ਹੈਗਾ ਸਾਡਾ ਇੱਕ ਐਮਐਮ ਦਾ 10ਵਾਂ ਹਿੱਸਾ ਹੈ ਦੇਖੋ ਇੰਨਾ ਸੈੱਲ ਹੈ ਤੇ ਇੰਨਾ ਜਿਹਾ ਵਾਇਰਸ ਹੈ ਪੂਰੀ ਦੁਨੀਆ ਲਾਤੀ ਇਹਨੇ ਇੱਥੇ ਹੁਣ ਪੋਲਿਟਿਕਸ ਇਸ ਕੀ ਕਰੇਗੀ ਇੱਥੇ ਹੋਂ ਕਿਹਨੇ ਕਿੰਨੂੰ ਗੋਲੀ ਮਾਰੀ ਐ ਸੀ ਠੀਕ ਹੈ ਨਾ ਆਪਣੇ ਕੋ ਦਵਾਈਆਂ ਖਾਣ ਨੂੰ ਆਪਣੇ ਕੋ ਦਵਾਈਆਂ ਨਹੀਂ ਹੈਗੀਆਂ ਸਾਇੰਸ ਪੂਰੀ ਸੈਂਟੀਫਿਕ ਸਾਇੰਸ ਪੂਰੀ ਲੱਗੀ ਹੈ ਇਹਦੇ ਪਿੱਛੇ ਟਰੀਟਮੈਂਟ ਤੁਹਾਡੇ ਟਾਈਮ ਤੇ ਲੱਗੇਗਾ ਵੈਕਸੀਨ ਲਾਣ ਨੂੰ ਬਹੁਤ ਜ਼ ਉਹ ਵੀ ਵਪਾਂਤੀ ਚ ਦੇਖਣੀ ਹੈ ਸਭ ਨੂੰ ਹੌਸਲਾ ਰੱਖਣਾ ਚਾਹੀਦਾ ਹੈ ਸਾਇੰਸ ਜਿੰਨੀ ਵੀ ਐਡਵਾਂਸ ਸਾਇੰਸ ਹੈਗੀ ਹੈ ਵੈਕਸੀਨ ਦੇ ਪਿੱਛੇ ਲੱਗੀ ਹੈ ਇਹ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੋਂ 6-7 ਮਹੀਨੇ ਦੇ ਵਿੱਚ ਵੈਕਸੀਨ ਆ ਜਾਏਗੀ ਉਹ 6-7 ਓਕੇ ਸੋਕੇ ਕਿਸੇ ਲਿਕਣਾ ਕੱਢੀਏ ਤੇ ਸਾਫ ਸੁਥਰਾ ਖਾਈਏ ਸਾਫ ਸੁਥਰਾ ਰਹੀਏ ਬਾਤ ਪ੍ਰੋਪਰ ਨਿਯਾਇਜ਼ ਬਾਰਨਾ ਚਾਹੀਏ ਬਸ ਉਹ ਤਾਂ ਰੱਖੋ ਬਾਕੀ ਸਭ ਠੀਕ ਹੋ ਜਾਏਗਾ ਕੁਝ ਨਹੀਂ ਆਏ ਡਾਟਾ ਸੰਤੋਸ਼ ਸਿੰਘ ਦਾ ਆਖਰੀ ਸਵਾਲ ਨਿੱਜੀ ਸਵਾਲ ਹੈ ਜਦੋਂ ਇਹ ਕੋਰੋਨਾ ਵਾਇਰਸ ਦਾ ਨਾਮ ਸਾਹਮਣੇ ਆਉਂਦਾ ਉਸ ਤੋਂ ਪਹਿਲਾਂ ਵੀ ਇਹਦੇ ਵਕਫਾ ਵਕਫਾ ਨਾਮ ਸੀਗੇ ਤੁਸੀਂ ਕਈ ਵਾਰੀ ਇਹ ਦੱਸ ਚੁ ਜਦੋਂ ਇਹ ਨਾਮ ਸਾਹਮਣੇ ਆਉਂਦਾ ਤੇ ਮੈਡੀਕਲ ਸਾਇੰਸ ਜਿਹੜੇ ਤੁਹਾਡੇ ਪ੍ਰੋਫੈਸ਼ਨਲ ਲੋਕ ਜੁੜੇ ਆ ਉਹਨਾਂ ਸਾਹਮਣੇ ਪਹਿਲੀ ਚੁਣੌਤੀ ਕਿਹੜੀ ਸਾਹਮਣੇ ਆਈ ਸੀ ਕੀ ਸੋਚਿਆ ਸੀ ਉਹਨਾਂ ਨੇ ਦੇਖੋ ਚੁਣੌਤੀ ਤਾਂ ਇਹ ਆਈ ਸੀ ਜਦੋਂ ਹੁਣ ਆਪਾਂ ਕੰਮ ਕੀਤਾ ਜਦ ਸਭ ਕੁਝ ਬੰਦ ਹੋ ਗਿਆ ਸੀ ਐਸੀ ਫੀਲਡਸ ਗਏ ਤੇ ਬੜਾ ਔਖਾ ਹੁੰਦਾ ਅਸੀਂ ਕਿੱਟ ਸੰਦ ਕੋ ਉਸਮ ਪਤਾ ਨਹੀਂ ਸੀ ਕਿੱਟਾ ਕਿੱਥੋਂ ਮਿਲਦੀ ਹੈ ਕਿੱਟਾਂ ਲਿੱਤੀਆਂ ਆਪਣੀ ਹਾਈਜੀਨ ਨੂੰ ਫਾਲੋ ਕਰਨਾ ਹੈ ਪੇਸ਼ੈਂਟ ਨੂੰ ਠੀਕ ਵੀ ਕਰਨਾ ਹੈ ਪੇਸ਼ੈਂਟ ਨੂੰ ਹੱਥ ਵੀ ਨਹੀਂ ਲਾਣਾ ਪੇਸ਼ੈਂਟ ਦੀ ਚੈੱਕ ਵੀ ਕਰਨੇ ਆ ਉਸ ਤੋਂ ਬਾਅਦ ਚੁਣੌਤੀ ਇਹ ਆਈ ਸੀ ਜਦ ਆਪਾਂ ਕਾਰ ਵਾਪਸ ਜਾਂਦੇ ਜਦ ਘਰ ਵਾਪਸ ਆਉਂਦੇ ਸੀਗੇ ਤੇ ਸਾਡੇ ਜਿਹੜੇ ਆਪਣੀ ਫੈਮਿਲੀ ਹੈਗੀ ਸਾਨੂੰ ਐਂ ਦੇਖਦੇ ਸੀਗੇ ਤਦਾਂ ਕਿੱਥੋਂ ਆਇਆ ਹੈ ਇਹ ਹਨਾ ਤੇ ਕਿਉਂ ਜਾਂਦੇ ਹੋ ਤੁਸੀਂ ਛੁੱਟੀ ਲੈ ਲੋ ਘਰ ਬਹਿ ਜਾਓ ਮਤਲਬ ਡਾਕਟਰਸ ਵੀ ਸਟੈਸ ਸੀਗੇ ਸਟੈਸ ਹੈਗੇ ਵੀ ਹੈਗੇ ਆ ਤੇ ਘਰ ਜਾ ਕੇ ਆਪਣਾ ਪ੍ਰੀਕਾਸ਼ਨ ਲੈਣੀ ਚਾਹੀਦੀਆਂ ਚਾਹੀਦੀਆਂ ਬਾਹਰ ਨਾ ਤੋਕੇ ਕੰਮ ਕਰਨਾ ਮਤਲਬ ਸਾਡਾ ਵੀ ਇੱਕ ਪ੍ਰੀਕਾਸ਼ਨ ਜਿਹਾ ਸੀਗਾ ਡਾਕਟਰਾਂ ਦੇ ਉੱਤੇ ਵੀ ਇੱਕ ਚੈਲੰਜ ਸੀਗਾ ਆਪਾਂ ਸੈੱਟ ਕੀਤਾ ਸਭ ਡਾਕਟਰ ਫਰਟੀਲਿਟੀ ਨੇ ਐਕਸੈਪਟ ਕੀਤਾ ਇਹਨੂੰ ਤੇ ਆਰ ਡੂਇੰਗ ਥੇ ਵਰਕ ਆਪਾਂ ਆਪਣਾ ਕੰਮ ਕਰ ਡਾਕਟਰ ਕੋਲ ਪਿੱਛੇ ਨਹੀਂ ਜਾਗਾ ਮੇਰੇ ਸਾਹ ਦੇ ਨਾਲ ਬਹੁਤ ਸਾਰੇ ਡਾਕਟਰ ਹੈਗੇ ਆ ਅੱਗੇ ਵੱਧ ਚੜ ਕੇ ਕੰਮ ਕਰ ਰਹੇ ਨੇ ਬਾਕੀ ਤੁਸੀਂ ਆਪਣੀ ਜਿਹੜੀ ਪਬਲਿਕ ਹੈਗੀ ਆ ਉਹ ਵੀ ਧਿਆਨ ਰੱਖਿਆ ਆਪਣਾ ਤੇ ਹੌਲੀ ਹੌਲੀ ਕਵਰ ਅਪ ਹੋ ਜਾਏਗਾ ਡੈਥ ਰੇਟ ਦਾ ਟਾਈਮ ਮੈਂ ਬਾਰਾ ਮੋਲ ਰਿਹਾ ਉਹ ਵੀ ਚੀਜ਼ ਦੇਖਣੀ ਆ ਆਪਾਂ ਸਾਇੰਸ ਕਰਵ ਵੱਧ ਰਹੀ ਹੈ ਉਹ ਵੀ ਚੀਜ਼ ਦੇਖਣੀ ਆ ਆਪਾਂ ਤੇ ਡਰਨਾ ਵੀ ਹੈ ਲੜਨਾ ਵੀ ਹੈ ਤੇ ਧਿਆਨ ਨਾਲ ਚੱਲੀ ਆਪਾਂ ਚਲੋ ਬਹੁਤ ਧੰਨਵਾਦ ਐਕਟਰ ਸੰਤੋਖ ਸਿੰਘ ਤੁਸੀਂ ਬਹੁਤ ਬੜੇ ਮੁੱਲੇ ਵਿਚਾਰ ਆ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ ਅੱਜ ਦਾ ਮੁੱਦਾ ਇਹ ਸੀਗਾ ਕੋਰੋਨਾ ਵਾਇਰਸ ਦੇ ਨਾਲ ਅਸੀਂ ਕਿਵੇਂ ਲੜਨਾ ਕੋਰੋਨਾ ਵਾਇਰਸ ਦੇ ਖਿਲਾਫ ਕਿਵੇਂ ਜਾਗਰੂਕ ਹੋਣਾ ਕੁਲ ਮਲਾਕੀ ਹੈਗਾ ਕਿ ਸੈਂਟੀਮੈਂਟਸ ਨੂੰ ਪਾਸੇ ਰੱਖੋ ਸਾਇੰਸ ਤੇ ਯਕੀਨ ਕਰੋ ਸਾਇੰਸ ਹੈ ਕੋਈ ਨਾ ਕੋਈ ਹੱਲ ਤਾਂ ਕੱਢੇਗਾ ਜਰੂਰ ਜੇ ਇਹ ਮੈਨ ਮੇਡ ਵਾਇਰਸ ਹੈਗਾ ਜਾਂ ਵਾਇਰਸ ਕਿਸੇ ਮਨੁੱਖੀ ਗਲਤੀ ਦੀ ਵਜ੍ਹਾ ਕਰਕੇ ਆਇਆ ਬਹੁਤ ਸਾਰੇ ਅਸੀਂ ਸਵਾਲ ਚੁੱਕ ਸਕਦੇ ਹਾਂ ਪਰ ਸਵਾਲ ਚੁੱਕਣ ਦੇ ਨਾਲ ਨਾਲ ਸਾਨੂੰ ਜਾਗਰੂਕ ਰਹਿਣਾ ਪਵੇਗਾ ਇਹਨਾਂ ਸਵਾਲਾਂ ਦਾ ਜਵਾਬ ਅੱਜ ਨਹੀਂ ਤਾਂ ਕੱਲ ਮਿਲੇਗਾ ਜਰੂਰ ਪਰ ਜੇ ਤੁਹਾਡਾ ਅੱਜ ਚੰਗਾ ਹੈਗਾ ਤੇ ਕੱਲ ਵੀ ਚੰਗਾ ਹੋ ਜਾਏਗਾ ਪਰ ਅੱਜ ਜੇ ਅਸੀਂ ਸਾਫ ਦਾ ਨਾ ਰਹਿ ਤੇ ਫਿਰ ਕੱਲ ਚੰਗਾ ਨਹੀਂ ਰਹੇਗਾ ਬਹੁਤ ਧੰਨਵਾਦ